वाहगुरु जी का खालसा वाहगुरु जी की फतेह। TV84 के सारे दर्शक ते स्रोते जिहड़े इस वक्त साडे नाल नॉर्थ अमेरिका दे विचों जुड़े हुए आ या फिर सोशल मीडिया के राही सानू दुनिया भर दे विच देख रहे आ, मैं अमरवीर सिंह अज TV84 दे इस द फॉल्ट लाइनस प्रोग्राम दे विच आप सब दा तहे दिलों स्वागत करदा। वीरज, अज असीं भारत दे विच जिहड़ियां पंज राज्यां दे विच असैम्बली इलैक्शनज होईयां ने उस बाबत विचार चर्चा करन जा रहे हैं, गल करांगे, क्योंकि 2024 दे विच जिहड़ियां नैशनल इलैक्शनज लोक सभा दीआं पेंडिंग ने, 6 महीनियां दे विच चोणां होणियां ने, ते अज दीआं जिहड़ियां ए इलैक्शनज होईयां ने, इलैक्शनज दे रिजल्ट आए ने पंज सूबिआं दे विच, जदों असीं देखदे हां मध्य प्रदेश, राजस्थान, छत्तीसगढ़, मिजोरम ते तेलंगाना, इन्हां दे विच जिहड़े इलैक्शन रिजल्ट्स आए ने इन्हां नूं किते ना किते सैमीफाइनल मन्निया जा रहा सी कि जिहड़ियां लोक सभा इलैक्शनज ने उहदे हिसाब दे नाल कांग्रेस ते BJP दोहां पार्टियां दा जोर लगा होया सी, ते इहदे विच BJP ने जिहड़ी है उह अपना सिक्का जमाया, ਉਹ ਅਸੀਂ ਦੇਖ ਰਹੇ ਹਾਂ ਜਿਹੜੇ ਇਲੈਕਸ਼ਨ ਰਿਜ਼ਲਟਸ ਨੇ ਸਾਡੇ ਸਾਹਮਣੇ ਹੈਗੇ ਆ। ਸੋ ਸਾਡੇ ਨਾਲ ਇਸ ਵਕਤ ਸੁਖਵਿੰਦਰ ਸਿੰਘ TV84 ਦੇ ਸਾਡੇ ਕੋਰਸਪੋਂਡੈਂਟ ਟੋਰਾਂਟੋ ਤੋਂ ਜੁੜੇ ਹੋਏ ਨੇ, ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਸੁਖਵਿੰਦਰ ਸਿੰਘ ਜੀ, ਤੁਹਾਡਾ ਸਵਾਗਤ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸੁਖਵਿੰਦਰ ਸਿੰਘ ਜੀ, ਸ਼ੁਰੂ ਕਰੀਏ ਅਸੀਂ, ਮਤਲਬ ਇਹਨਾਂ ਇਲੈਕਸ਼ਨ ਰਿਜ਼ਲਟਸ ਤੋਂ ਓਵਰਆਲ ਪਿਕਚਰ ਹੀ ਅਸੀਂ ਉਹ ਕਰੀਏ, ਕਿਉਂਕਿ ਜਦੋਂ ਅਸੀਂ ਦੇਖਦੇ ਹਾਂ ਜਿਹੜੀਆਂ ਇਹਦੇ ਵਿੱਚ ਮੇਨ ਸਟੇਟਸ ਹੈਗੀਆਂ ਨੇ, ਮੱਧ ਪ੍ਰਦੇਸ਼ ਹੋ ਗਈ, ਰਾਜਸਥਾਨ ਹੋ ਗਈ, ਅਤੇ ਖਾਸ ਤੌਰ 'ਤੇ ਜਦੋਂ ਅਸੀਂ ਛੱਤੀਸਗੜ੍ਹ ਦਾ ਦੇਖਦੇ ਹਾਂ, ਮਤਲਬ ਇਹ ਕਾਓ ਬੈਲਟ ਜਿਹਨੂੰ ਹਿੰਦੀ ਹਾਰਟਲੈਂਡ ਦੇ ਨਾਲ ਨਾਲ ਨਾਂ ਨਾਲ ਜਾਣਿਆ ਜਾਂਦਾ, ਇਹ ਉਹ ਬੈਲਟ ਹੈਗੀ ਆ, ਅਤੇ ਇਹ ਸਟੇਟਾਂ ਦੇ ਨਾਲ ਜਦੋਂ ਅਸੀਂ UP ਅਤੇ ਗੁਜਰਾਤ ਕੰਬਾਈਨ ਕਰ ਲੈਂਦੇ ਹਾਂ, ਅਤੇ ਲਗਭਗ ਇਹ ਮਜੋਰਿਟੀ ਸਟੇਟਸ ਹੈਗੀਆਂ, ਮਜੋਰਿਟੀ ਸੀਟਾਂ ਬਣ ਜਾਂਦੀਆਂ ਨੇ ਲੋਕ ਸਭਾ ਦੇ ਵਿੱਚ, ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਬੰਦਾ ਜਾਂ ਜਿਹੜੀ ਪਾਰਟੀ ਇਹਨਾਂ ਸੂਬਿਆਂ ਦੇ ਵਿੱਚ ਭਾਰੂ ਹੁੰਦੀ ਹੈ, ਉਹੀ ਫਿਰ ਜਿਹੜੀਆਂ ਲੋਕ ਸਭਾ ਇਲੈਕਸ਼ਨਸ ਨੇ ਉਹਨਾਂ ਦੇ ਉੱਤੇ ਜਿਹੜਾ ਉਸੇ ਦੀ ਸਰਕਾਰ ਬਣਦੀ ਨਜ਼ਰ ਆਉਂਦੀ ਹੈ। ਇਹੀ ਅਸੀਂ ਪਿਛਲੀਆਂ 2019 ਦੀਆਂ ਇਲੈਕਸ਼ਨ ਵੇਲੇ ਦੇਖਿਆ, ਜਾਂ ਜਦੋਂ ਨਰਿੰਦਰ ਮੋਦੀ 2014 ਦੇ ਵਿੱਚ ਪਹਿਲੀ ਵਾਰ ਪ੍ਰਧਾਨ ਮੰਤਰੀ ਬਣੇ ਆ ਉਦੋਂ ਅਸੀਂ ਦੇਖਿਆ। ਸੋ ਮੈਂ ਥੋੜ੍ਹਾ ਜਿਹਾ, ਮਤਲਬ ਜੇ ਸੀਟਾਂ ਦੇ ਹਿਸਾਬ ਨਾਲ ਗੱਲ ਕਰਨੀ ਹੋਵੇ, ਅਸੀਂ ਦੇਖਿਆ ਵੀ ਜਿਹੜੀ ਛੱਤੀਸਗੜ੍ਹ ਦੇ ਵਿੱਚੋਂ ਜਿਹੜੀਆਂ 90 ਸੀਟਾਂ ਦੀ ਕੌਨਸੀਕੁਐਂਸੀਜ਼ ਹੈਗੀਆਂ ਨੇ ਉੱਥੇ, ਅਤੇ BJP ਨੂੰ ਜਿਹੜੀਆਂ ਨੇ ਉਹ 54 ਸੀਟਾਂ ਮਿਲੀਆਂ ਨੇ, ਕਾਂਗਰਸ ਨੇ ਸਿਰਫ 35 ਸੀਟਾਂ ਹਾਸਲ ਕੀਤੀਆਂ ਨੇ, ਅਤੇ ਰਾਜਸਥਾਨ ਦੇ ਵਿੱਚ 199 ਦੇ ਵਿੱਚੋਂ BJP ਨੂੰ 115 ਸੀਟਾਂ ਮਿਲੀਆਂ ਨੇ, ਮੱਧ ਪ੍ਰਦੇਸ਼ ਦੇ ਵਿੱਚ 230 ਸੀਟਾਂ ਨੇ, 230 ਦੇ ਵਿੱਚੋਂ 163 ਜਿਹੜੀਆਂ ਨੇ ਉਹ BJP ਨੂੰ ਮਿਲੀਆਂ ਨੇ। ਇਹੀ ਅਤੇ ਤੇਲੰਗਾਨਾ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਟੋਟਲ 119 ਦੇ ਵਿੱਚੋਂ ਕਾਂਗਰਸ ਨੂੰ 64, BRS ਨੂੰ 39 ਅਤੇ ਭਾਜਪਾ ਨੂੰ 8 ਸੀਟਾਂ ਮਿਲੀਆਂ ਨੇ। ਹਾਲਾਂਕਿ ਇੱਥੇ ਤੇਲੰਗਾਨਾ ਦੇ ਵਿੱਚ ਭਾਜਪਾ ਨੂੰ ਬਹੁਤ ਘੱਟ ਨੇ, ਤੇਲੰਗਾਨਾ ਸਾਊਥ ਦੇ ਵਿੱਚ ਚਲਿਆ ਜਾਂਦਾ, ਪਰ ਇੱਥੇ ਇਹ ਵੀ ਦੇਖਣ ਵਾਲੀ ਗੱਲ ਹੈ ਕਿ BJP ਦੀ ਇਹਦੇ ਤੋਂ ਪਹਿਲਾਂ ਹੋਂਦ ਹੀ ਨਹੀਂ ਸੀ। BJP ਨੂੰ ਇਹਦੇ ਤੋਂ ਪਹਿਲਾਂ ਪਿਛਲੀਆਂ ਚੋਣਾਂ ਦੇ ਵਿੱਚ ਸਿਰਫ 1 ਸੀਟ ਸੀ, ਅਤੇ 1 ਤੋਂ ਉਹਨਾਂ ਨੇ ਆਪਣੀਆਂ ਸੀਟਾਂ 8 ਕਰ ਲਈਆਂ ਨੇ। ਇਹ ਵੀ ਮਤਲਬ ਇੱਕ ਫੈਕਟਰ ਹੈ ਇਸ ਪਾਰਟ ਦੇ ਵਿੱਚ ਜਿਹੜਾ ਦੇਖਣ ਵਾਲਾ ਆ। ਮਿਜ਼ੋਰਮ ਦੇ ਵਿੱਚ ਜਿਹੜੀ ਰਿਜ਼ਲਟ ਹੈਗਾ ਉਹ ਅੱਜ ਆਇਆ, 2-3 ਦਿਨਾਂ ਬਾਅਦ, ਅਤੇ ਇਹਦੇ ਵਿੱਚ ਜ਼ੋਰਮ ਪੀਪਲ ਮੂਵਮੈਂਟ ਜਿਹੜੀ ਹੈ ਉਹਨੂੰ 40 ਸੀਟਾਂ ਮਿਲੀਆਂ ਨੇ, ਅਤੇ ਮਿਜ਼ੋ ਨੈਸ਼ਨਲ ਫਰੰਟ ਨੂੰ 40 ਦੇ ਵਿੱਚੋਂ 27 ਮਿਲੀਆਂ ਨੇ ਉਹਨਾਂ ਨੂੰ, ਮਿਜ਼ੋ ਨੈਸ਼ਨਲ ਫਰੰਟ ਨੂੰ 10, BJP ਨੂੰ 2 ਅਤੇ ਕਾਂਗਰਸ ਨੂੰ 1। ਸੋ ਇਹ ਇੱਕ ਸੀਟ ਟੈਲੀ ਹੈਗੀ ਹੈ ਇਲੈਕਸ਼ਨ ਰਿਜ਼ਲਟਸ ਦੀ ਇਹਨਾਂ 5 ਸੂਬਿਆਂ ਦੀ। ਮੈਂ ਵਾਪਸ ਉਸ ਗੱਲ ਦੇ ਉੱਤੇ ਆਵਾਂ ਕਿ ਹਿੰਦੀ ਹਾਰਟਲੈਂਡ ਦੇ ਵਿੱਚ, ਕਾਊ ਬੈਲਟ ਦੇ ਵਿੱਚ BJP ਨੇ ਜਿਹੜੀ ਆਪਣੀ ਡੋਮੀਨੈਂਸ ਹੈਗੀ ਹੈ ਉਹ ਸਥਾਪਿਤ ਕਰ ਲਈ ਹੈ ਇਹਨਾਂ 3 ਸੂਬਿਆਂ ਦੇ ਵਿੱਚ ਚੋਣਾਂ ਜਿੱਤ ਕੇ। ਵੋਟ ਪਰਸੈਂਟੇਜ ਦੇ ਹਿਸਾਬ ਨਾਲ ਵੀ ਜਦੋਂ ਅਸੀਂ ਦੇਖਦੇ ਹਾਂ, ਮੱਧ ਪ੍ਰਦੇਸ਼ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ, ਅਤੇ ਛੱਤੀਸਗੜ੍ਹ ਦੇ ਵਿੱਚ ਵੀ, ਤਿੰਨਾਂ ਸਟੇਟਾਂ ਦੇ ਵਿੱਚ BJP ਨੇ ਆਪਣੀ ਜਿਹੜੀ ਵੋਟ ਪਰਸੈਂਟੇਜ ਹੈ ਉਹ ਸਿਗਨੀਫਿਕੈਂਟਲੀ ਗਰੋ ਕੀਤੀ ਹੈ। ਕਾਂਗਰਸ ਦੀ ਲਗਭਗ 19 ਵੋਟ ਪਰਸੈਂਟੇਜ ਰਹੀ ਹੈ ਜਿੰਨੀ ਉਹਨਾਂ ਦੀ ਕੰਪੈਰੀਜ਼ਨ ਦੇ ਵਿੱਚ ਜਿਹੜੀਆਂ ਪਿਛਲੀਆਂ ਇਲੈਕਸ਼ਨਸ ਸੀਗੀਆਂ ਉਹਨਾਂ ਦੇ ਵਿੱਚ ਸੀਗੀ। ਸੋ ਇਸ ਪਾਰਟ ਨੂੰ ਕਿਵੇਂ ਦੇਖਿਆ ਜਾਵੇ, ਕੀ ਸਮਝਿਆ ਜਾਵੇ ਇਸ ਦੇ ਵਿੱਚੋਂ, ਕੀ ਇਹ ਸੱਚਮੁੱਚ ਸੈਮੀਫਾਈਨਲ ਮੰਨਿਆ ਜਾ ਸਕਦਾ, ਅਤੇ ਇਹ ਕਿਹਾ ਜਾ ਸਕਦਾ ਜਿਵੇਂ ਕਿ ਮੋਦੀ ਸਰਕਾਰ ਦੇਖ ਰਹੀ ਆ ਕਿ ਅਸੀਂ ਅਗਲੀਆਂ ਜਿਹੜੀਆਂ 2024 ਦੀਆਂ ਚੋਣਾਂ 6 ਮਹੀਨੇ ਬਾਅਦ ਹੁਣ ਅਨਾਊਂਸ ਹੋਣੀਆਂ ਨੇ, ਉਹਦੇ ਵਿੱਚ ਅਸੀਂ ਤੀਜੀ ਵਾਰ ਜਿਹੜੀ ਸਰਕਾਰ ਬਣਾਉਣੀ ਆ, ਕੀ ਉਹਨਾਂ ਦੀ ਸਰਕਾਰ ਬਣਦੀ ਨਜ਼ਰ ਆਉਂਦੀ ਹੈ?
ਬਿਲਕੁਲ ਅਮਰਵੀਰ ਸਿੰਘ ਜੀ, ਜਿਹੜੀ ਨਰਿੰਦਰ ਮੋਦੀ ਨੇ ਜਦੋਂ ਇਲੈਕਸ਼ਨ ਰਿਜ਼ਲਟ ਆਏ ਆ, ਉਸ ਤੋਂ ਬਾਅਦ ਬੀਜੇਪੀ ਦੇ ਜਿਹੜਾ ਹੈੱਡਕੁਆਰਟਰ ਆ ਉਹਦੇ ਵਿੱਚ ਬੀਜੇਪੀ ਦੇ ਜਿਹੜੇ ਕਾਰਕੁਨ ਨੇ ਉਹਨਾਂ ਨੂੰ ਸੰਬੋਧਨ ਕਰਦਿਆਂ ਜਿਹੜੀ ਬੋਡੀ ਲੈਂਗੁਏਜ ਸੀ ਨਰਿੰਦਰ ਮੋਦੀ ਦੀ, ਅਤੇ ਜਿਹੜਾ ਉਹਨਾਂ ਨੇ ਸ਼ਬਦ ਵਰਤਿਆ ਕਿ ਜਿਹੜੀ ਹੈਟ੍ਰਿਕ ਆ ਉਹ ਇਸ ਵਾਰ ਜਿਹੜੇ ਲੋਕ ਨੇ ਦੇਸ਼ ਦੇ ਭਾਰਤ ਦੇ ਉਹ ਬੀਜੇਪੀ ਦੀ ਸਰਕਾਰ ਦੀ ਜਿਹੜੀ ਹੈਟ੍ਰਿਕ ਆ ਉਹ ਇਸ ਵਾਰ ਲਗਾਉਣ ਲਈ ਉਹਨਾਂ ਨੇ ਜਿਹੜਾ ਆਪਣਾ ਮੂਡ ਆ ਉਹ ਜਗ ਜ਼ਾਹਰ ਕਰਤਾ ਆ। ਜੀ ਤੇ ਇਹ ਜਿਹੜੀ ਵਿਕਟਰੀ ਆ ਹੋਈ ਆ, ਖਾਸ ਤੌਰ ਤੇ ਜਿਹੜੀ ਹਿੰਦੀ ਹਾਰਟਲੈਂਡ ਆ ਇਹਦੇ ਵਿੱਚ, ਮਤਲਬ ਤੁਸੀਂ ਦੇਖੋ ਵੀ ਜਿਹੜਾ ਸਭ ਤੋਂ ਇੰਪੋਰਟੈਂਟ ਫੈਕਟਰ ਇਹ ਆ ਵੀ ਇੰਡੀਆ ਦੇ ਵਿੱਚ ਜਿਹੜੀ ਸੈਂਟਰਲ ਗਵਰਨਮੈਂਟ ਆ ਉਹਦੇ ਵਿੱਚ ਜਿਹੜਾ ਸੀਟਾਂ ਦਾ ਤਬਾਦਲਾ ਆ ਉਹ ਹੁੰਦਾ ਆ ਪੋਪੂਲੇਸ਼ਨ ਦੇ ਹਿਸਾਬ ਨਾਲ। ਜੀ ਤੇ ਪੋਪੂਲੇਸ਼ਨ ਜਿਹੜੀ ਆ ਉਹ ਇੰਡੀਆ ਦੇ ਵਿੱਚ ਅਸੀਂ ਦੇਖਣਾ ਹੋਵੇ ਤਾਂ ਜਿਹੜਾ ਸਭ ਤੋਂ ਵੱਧ ਗਰੀਬ ਇਲਾਕਾ, ਸਭ ਤੋਂ ਵੱਧ ਪਛੜਿਆ ਇਲਾਕਾ, ਤੇ ਸਭ ਤੋਂ ਵੱਧ ਅਸੀਂ ਕਹਿ ਸਕਦੇ ਹਾਂ ਕਿ ਜਿੱਥੇ ਹਿੰਦੂ ਮੈਜੋਰਿਟੀ ਹਿੰਦੁੱਤਵਾ ਮਾਇੰਡ ਸੈੱਟ ਵਾਲੀ ਜਿਹੜੀ ਆ ਉਹ ਰਹਿੰਦੀ ਆ, ਉਹ ਸੈਂਟਰਲ ਇੰਡੀਆ ਜਾਂ ਫਿਰ ਨੌਰਥ ਦਾ ਪਾਰਟ ਜਿਹੜਾ ਆ ਜਿਹਨੂੰ ਹਿੰਦੀ ਹਾਰਟਲੈਂਡ ਕਹਿੰਦੇ ਆ, ਜਿੱਥੇ ਲੋਕ ਬਹੁਤਾਤ ਦੇ ਵਿੱਚ ਹਿੰਦੀ ਭਾਸ਼ਾ ਜਿਹੜੀ ਆ ਉਹਦੀ ਵਰਤੋਂ ਕਰਦੇ ਆ। ਜੀ ਤੇ ਉਹ ਲੋਕ ਭਾਵੇਂ ਐਜੂਕੇਸ਼ਨ ਦੇ ਪੱਖ ਤੋਂ, ਭਾਵੇਂ ਉਹ ਇਕੋਨਮੀ ਦੇ ਪੱਖ ਤੋਂ, ਹਰ ਪੱਖ ਤੋਂ ਉਹ ਲੋਕ ਪਛੜੇ ਹੋਣ, ਪਰ ਜਦੋਂ ਵੋਟਾਂ ਦੀ ਗੱਲ ਆਉਂਦੀ ਆ, ਸਿਰਾਂ ਦੀ ਗਿਣਤੀ ਦੀ ਗੱਲ ਆਉਂਦੀ ਆ, ਤੇ MPs ਇਲੈਕਟ ਕਰਨ ਦੀ ਗੱਲ ਆਉਂਦੀ ਆ, ਤਾਂ ਉਹ ਲੋਕ ਭਾਰਤ ਦੀ ਜਿਹੜੀ ਸਿਆਸਤ ਆ ਉਹਨੂੰ ਤੈਅ ਕਰਦੇ ਆ। ਤੇ ਇਹਨਾਂ ਸਟੇਟਸ ਦੇ ਵਿੱਚੋਂ ਇਹ ਤਿੰਨ ਸਟੇਟਸ ਜਿਹੜੀਆਂ ਹੈਗੀਆਂ ਸੀ ਜਿੱਥੇ ਇਲੈਕਸ਼ਨ ਹੋਏ ਆ, ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ, ਜਿੱਥੇ ਵੱਡੀਆਂ ਜਿਹੜੀਆਂ ਵਿਕਟਰੀਜ਼ ਨੇ ਉਹ ਅਚੀਵ ਕੀਤੀਆਂ BJP ਨੇ। ਤੇ ਇਹਨਾਂ ਦੀਆਂ ਜੇ 2019 ਦੀ ਅਸੀਂ ਅੰਕੜੇ ਦੇਖੀਏ ਤਾਂ 2019 ਦੇ ਵਿੱਚ ਇਹਨਾਂ ਤਿੰਨ ਸੂਬਿਆਂ ਦੀਆਂ 65 ਲੋਕ ਸਭਾ ਸੀਟਾਂ ਨੇ, ਤੇ ਮਤਲਬ 65 ਦੇ ਵਿੱਚੋਂ ਜਿਹੜੀਆਂ 62 ਸੀਟਾਂ ਆ ਉਹ BJP ਕੋਲ ਗਈਆਂ ਸੀ। ਤਾਂ ਇਹ ਇਲੈਕਸ਼ਨ ਜਿਹੜੇ ਆ ਉਹ ਸਪਸ਼ਟ ਕਰਦੇ ਆ ਵੀ ਇਸ ਵਾਰ ਵੀ ਜਿਹੜੀ ਕੋਈ ਗਿਣਤੀ ਆ ਉਹ ਇਹੋ ਜਿਹੀ ਰਹਿਣ ਦੀ ਸੰਭਾਵਨਾ ਆ ਜਿਹੜਾ 2024 ਦਾ ਇਲੈਕਸ਼ਨ ਆ, ਕਿਉਂਕਿ ਬਹੁਤਾ ਜ਼ਿਆਦਾ ਸਮਾਂ ਹੁਣ ਇਲੈਕਸ਼ਨ ਦੇ ਵਿੱਚ ਰਿਹਾ ਨਹੀਂ। ਜੀ ਤੇ ਇਸ ਤੋਂ ਇਲਾਵਾ ਮਤਲਬ ਜਿਹੜਾ ਲੋਕਾਂ ਦਾ ਅਸੀਂ ਦੇਖੀਏ ਵੀ ਜਿਹੜਾ ਮੂਡ ਆ, ਮਤਲਬ ਉਹ ਮਤਲਬ ਜਿਹੜੀ ਪੋਪੂਲਰ ਸਪੋਰਟ ਆ ਮੋਦੀ ਦੀ ਹਿੰਦੀ ਹਾਰਟਲੈਂਡ ਦੇ ਵਿੱਚ, ਉਹ ਮਤਲਬ ਜਿਹੜਾ ਹਿੰਦੀ ਹਾਰਟਲੈਂਡ ਦਾ ਰਵੱਈਆ ਰਿਹਾ 1984 ਦੇ ਵਿੱਚ ਸਿੱਖ ਜੈਨੋਸਾਈਡ ਜਦੋਂ ਹੋਇਆ, ਤਾਂ ਸਿੱਖ ਜੈਨੋਸਾਈਡ ਤੋਂ ਬਾਅਦ ਬਹੁਤਾਤ ਜਿਹੜੀ ਹਿੰਦੀ ਹਾਰਟਲੈਂਡ ਦੀ ਜਿਹੜੀ ਮੈਜੋਰਿਟੀ ਸੀ ਉਹਨੇ ਇੱਥੋਂ ਦੀ ਉਸ ਗਵਰਨਮੈਂਟ ਨੂੰ ਇਲੈਕਟ ਕੀਤਾ, ਮਤਲਬ ਹਿਸਟੋਰੀਕਲ ਮੈਜੋਰਿਟੀ ਦੇ ਨਾਲ ਜਿਹਨੇ ਕਿ ਉਹ ਜਿਹੜਾ ਜੈਨੋਸਾਈਡ ਆ ਉਹ ਕਰਵਾਇਆ ਸੀ, ਰਾਜੀਵ ਗਾਂਧੀ ਦੀ ਸਰਕਾਰ ਜਿਵੇਂ ਬਣਦੀ ਆ। ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਨਰਿੰਦਰ ਮੋਦੀ ਜਿਹੜਾ ਕਿ ਮਤਲਬ ਹੋਰ ਉਹਦੀ ਕੈਪੇਬਿਲਿਟੀ ਕੀ ਆ ਉਹ ਤਾਂ ਸਾਰੀ ਦੁਨੀਆਂ ਨੂੰ ਪਤਾ, ਬਸ ਇਹੀ ਕੈਪੇਬਿਲਿਟੀ ਆ ਵੀ ਜਿਵੇਂ ਦਾ ਐਟੀਚਿਊਡ ਨਰਿੰਦਰ ਮੋਦੀ ਦਾ ਗੁਜਰਾਤ ਦੇ ਵਿੱਚ ਮੁਸਲਿਮਸ ਦੇ ਖਿਲਾਫ ਰਿਹਾ, ਤੇ ਉਹਨੂੰ ਮਤਲਬ ਪ੍ਰਾਈਮ ਮਿਨਿਸਟਰ ਬਣਾਇਆ ਇੱਥੋਂ ਦੀ ਮੈਜੋਰਿਟੀ ਨੇ ਹਿੰਦੀ ਹਾਰਟਲੈਂਡ ਦੀ ਨਾਲ, ਤਾਂ ਇਹ ਜਿਹੜੀ ਰਾਗ ਆ ਇਹ BJP ਨੇ ਫੜ ਲਈ ਹੋਈ ਆ ਹਿੰਦੀ ਹਾਰਟਲੈਂਡ ਦੀ, ਵੀ ਹਿੰਦੁੱਤਵਾ ਤੇ ਹਿੰਦੂ ਡੋਮੀਨੈਂਸ ਜਿਹੜੀ ਆ ਉਹਦਾ ਕਾਰਡ ਜਿਹੜਾ ਉਹ ਪਲੇ ਕਰਕੇ ਤੁਸੀਂ ਇੰਡੀਆ ਦੇ ਵਿੱਚ ਜਿਹੜੀ ਸੈਂਟਰ ਦੀ ਗਵਰਨਮੈਂਟ ਆ ਕਿਉਂਕਿ ਇਸ ਖਿੱਤੇ ਨੇ ਬਣਾਉਣੀ ਆ, ਤਾਂ ਉਹ ਮਤਲਬ ਉਹਨਾਂ ਨੂੰ ਇਹ ਆ ਵੀ ਅਸੀਂ ਇਹ ਜਿਹੜੀ ਸਾਡੀ ਗਵਰਨਮੈਂਟ ਆ ਉਹ ਇੱਥੇ ਸਟਿਲ ਰਹੂੰਗੀ। ਤੇ ਚਾਹੇ ਉਹ ਰਾਮ ਮੰਦਿਰ ਵਾਲਾ ਮੁੱਦਾ ਹੋਵੇ, ਚਾਹੇ ਜਿਵੇਂ BJP ਨੇ ਕਸ਼ਮੀਰ ਨੂੰ ਹੈਂਡਲ ਕੀਤਾ, ਜਾਂ ਫਿਰ ਜਿਵੇਂ BJP ਨੇ ਸਾਡੇ ਜਿਹੜੇ ਸਿੱਖਾਂ ਦੇ ਨਾਲ ਜਿਵੇਂ ਦਾ ਬਿਹੇਵ ਕੀਤਾ ਕਿ ਸਾਡੇ ਬੰਦੇ ਜਿਹੜੇ ਆ ਉਹ ਵਿਦੇਸ਼ਾਂ ਦੀਆਂ ਧਰਤੀਆਂ ਤੇ ਮਾਰੇ, ਤੇ ਚਾਹੇ ਉਹ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਸਿੰਘ ਹੋਰਾਂ ਦੇ ਉੱਤੇ ਜਿਵੇਂ NIA ਦੀ ਸਾਰੀ ਕ੍ਰੈਕਡਾਊਨ ਹੋਈ ਆ, ਵੀ ਇਹ ਸਾਰੀਆਂ ਚੀਜ਼ਾਂ ਜਦੋਂ ਉੱਥੋਂ ਦੇ ਅਖਬਾਰਾਂ ਦੇ ਵਿੱਚ ਜਿਵੇਂ ਪੇਸ਼ ਕੀਤੀਆਂ ਜਾਂਦੀਆਂ ਨੇ ਵੀ ਮੋਦੀ ਨੂੰ ਇੱਕ ਬੜਾ ਸਖ਼ਤ ਜਿਹੜਾ ਰੂਲਰ ਆ, ਕਰੂਅਲ ਰੂਲਰ ਆ ਜਿਹੜਾ ਉਹ ਬਣਾ ਕੇ ਪੇਸ਼ ਕੀਤਾ ਜਾਂਦਾ, ਵੀ ਉਹ ਜਿਹੜੇ ਵਿਰੋਧੀ ਨੇ ਉਹਨਾਂ ਦੀ ਮਤਲਬ ਉਹਨਾਂ ਨੂੰ ਸਿਰ ਨਹੀਂ ਚੁੱਕਣ ਦਿੰਦਾ, ਤੇ ਜਿਹਨੂੰ ਕਿ ਉਹ ਸੈਲੀਬ੍ਰੇਟ ਕਰਦੀ ਆ ਉੱਥੋਂ ਦੀ ਜਿਹੜੀ ਮੈਜੋਰਿਟੀ ਆ, ਤੇ ਜਿਹਦੇ ਚੱਲਦੇ ਮਤਲਬ ਇਹ ਅਸੀਂ ਦੇਖ ਰਹੇ ਹਾਂ ਵੀ ਜਿਹੜੇ ਰਿਜ਼ਲਟ ਆਏ ਆ ਇਸ ਵਾਰ ਦੇ ਇਲੈਕਸ਼ਨ ਦੇ ਉਹ ਸਪਸ਼ਟ ਸੰਕੇਤ ਆ ਵੀ ਜਿਹੜੀ ਹਿੰਦੀ ਹਾਰਟਲੈਂਡ ਦੀ ਮੈਜੋਰਿਟੀ ਆ ਉਹ ਹਮੇਸ਼ਾ ਇਹੋ ਜਿਹਾ ਜਿਹੜਾ ਲੀਡਰ ਆ ਉਹਨੂੰ ਹੀ ਸਪੋਰਟ ਕਰੂੰਗੀ ਜਿਹੜਾ ਕਿ ਇੱਥੇ ਮਾਈਨੋਰਿਟੀਜ਼ ਦੇ ਛਿੱਤਰ ਮਾਰੂੰਗਾ, ਜਿਹੜਾ ਮਾਈਨੋਰਿਟੀਜ਼ ਨੂੰ ਕੁੱਟੂਗਾ, ਜਿਹੜਾ ਮਾਈਨੋਰਿਟੀਜ਼ ਦੇ ਰਾਈਟਸ ਵਾਇਲੇਟ ਕਰੂੰਗਾ, ਤੇ ਜਿਹੜਾ ਹਿੰਦੂ ਡੋਮੀਨੈਂਸ ਨੂੰ ਉੱਥੇ ਅਸਟੈਬਲਿਸ਼ ਕਰੂੰਗਾ। ਤੇ ਮਤਲਬ ਇਹ ਗੱਲਾਂ ਜਿਹੜੀਆਂ ਆ ਇਸ ਮਤਲਬ ਜਿਹੜੇ ਰਿਜ਼ਲਟ ਆਏ ਆ ਇਹ ਸਪਸ਼ਟ ਹੋ ਜਾਣੀਆਂ ਚਾਹੀਦੀਆਂ। ਤੇ ਜੇ ਤੋਂ ਇਹ ਗੱਲ ਹੁਣ ਮਤਲਬ ਹਰ ਇੱਕ ਜਿਹੜਾ ਪੋਲੀਟੀਕਲ ਐਨਾਲਿਸਟ ਆ ਉਹ ਇਹ ਗੱਲ ਕਹਿ ਰਿਹਾ ਹੈ ਕਿ
2024 ਦੀ ਜਿਹੜੀ ਇਲੈਕਸ਼ਨ ਆ ਉਹਦੇ ਲਈ ਇਹ ਕਲੀਅਰ ਹੋ ਗਿਆ। ਪਹਿਲਾਂ ਤਾਂ ਮਤਲਬ ਲੱਗ ਰਿਹਾ ਸੀ ਵੀ ਇਹ ਹੋਣਾ ਆ, ਇੱਕ ਲੋਕਾਂ ਨੂੰ ਜਿਹੜਾ ਇੱਥੋਂ ਦਾ ਲਿਬਰਲ ਸੈਕਸ਼ਨ ਹੈਗਾ ਆ ਇੰਡੀਆ ਦਾ, ਉਹਨੂੰ ਇੱਕ ਆਸ ਜੀ ਵੱਜ ਰਹੀ ਸੀ ਕਿ ਅਸੀਂ ਜਿਹੜਾ ਸੋਫਟ ਹਿੰਦੁੱਤਵ ਵਾਲਾ ਕਾਰਡ ਆ ਜਿਹੜਾ ਉਹ ਪਲੇ ਕਰਕੇ ਤੇ ਅਸੀਂ ਮੋਦੀ ਦੀ ਜਿਹੜੀ ਰਜੀਮ ਆ ਉਹਨੂੰ ਪਾਸੇ ਕਰ ਸਕਦੇ ਹਾਂ ਵੀ ਜਿਹਦੇ 'ਚ ਉਹਨਾਂ ਨੇ ਇੰਡੀਆ ਬਲੋਕ ਜਿਹੜਾ ਬਣਾਇਆ। ਪਰ ਉਹ ਇੰਡੀਆ ਬਲੋਕ ਜਿਹੜਾ ਆ ਕਿਉਂਕਿ ਉਹਦੀਆਂ ਜੜ੍ਹਾਂ ਦੇ ਵਿੱਚ ਮਤਲਬ ਉਹ ਵੀ ਇੱਕ ਤਰ੍ਹਾਂ ਦੇ ਨਾਲ ਸੋਫਟ ਹਿੰਦੁੱਤਵ ਆ, ਤੇ ਉਹਦੇ ਵਿੱਚ ਜਿਹੜੀ ਮਤਲਬ ਰੀਜਨਲ ਐਸਪੀਰੇਸ਼ਨਾਂ ਹੈਗੀਆਂ ਜਿਹੜੀਆਂ ਭਾਰਤ ਦੇ ਵੱਖ ਵੱਖ ਕੌਮਾਂ ਦੀਆਂ ਜਾਂ ਐਥਨਿਕ ਐਸਪੀਰੇਸ਼ਨਾਂ ਹੈਗੀਆਂ ਉਹਦੇ ਲਈ ਕੋਈ ਸਪੇਸ ਨਹੀਂ। ਤਾਂ ਇਸ ਕਰਕੇ ਮਤਲਬ ਉਹਦਾ ਬਦਲ ਬਣ ਨਹੀਂ ਸਕਦਾ, ਉਹ ਓਪੋਜੀਸ਼ਨ ਬਣ ਨਹੀਂ ਸਕਦੀ ਜਿਹੜੀ ਪੋਲੀਟਿਕਸ ਬੀਜੇਪੀ ਨੇ ਖੜੀ ਕਰ ਲਈ ਆ। ਤੇ ਅਸੀਂ ਦੇਖ ਰਹੇ ਹਾਂ ਕਿ ਜਿਹੜਾ ਉਹ ਇੰਡੀਆ ਦਾ ਬਲੋਕ ਆ ਉਹ ਵੀ ਖਿੰਡਦਾ ਲਗਭਗ ਨਜ਼ਰ ਆ ਰਿਹਾ ਆ। ਤਾਂ ਇੰਡੀਆ ਦੀ ਜਿਹੜੀ ਡੋਮੈਸਟਿਕ ਪੋਲੀਟਿਕਸ ਆ ਉਹਦੇ ਵਿੱਚ ਜਿਹੜੀ ਮੋਦੀ ਇਮੇਜ ਤੇ ਜਿਹੜੀ ਬੀਜੇਪੀ ਆ ਉਹਦੇ ਸਟਰੋਂਗ ਹੋਣ ਦੀ ਇੰਡੀਕੇਸ਼ਨ ਆ ਜਿਹੜੇ ਇਸ ਵਾਰ ਦੇ ਇਹ ਰਿਜ਼ਲਟ ਆਏ ਆ। ਜੀ ਬਿਲਕੁਲ ਨਹੀਂ, ਜਿਹੜੀ ਇਹ ਗੱਲ ਹੈਗੀ ਆ ਇਹ ਬਹੁਤ ਅਹਿਮ ਆ, ਕਿਉਂਕਿ ਇੱਥੇ ਇਹ ਵੀ ਗੱਲ ਹੈ ਜੇ ਹੁਣ ਤੀਜੀ ਵਾਰ ਨਰਿੰਦਰ ਮੋਦੀ ਦੀ ਸਰਕਾਰ ਦੁਬਾਰਾ ਹੋਂਦ ਦੇ ਵਿੱਚ ਆਉਂਦੀ ਹੈ, ਵਾਪਸ ਪਾਵਰ ਦੇ ਵਿੱਚ ਆਉਂਦੀ ਹੈ, ਅਤੇ ਜਿਹੜਾ ਉਹਨਾਂ ਦਾ ਏਜੰਡਾ ਆ ਹਿੰਦੀ ਹਿੰਦੂ ਹਿੰਦੁਸਤਾਨ ਦਾ, ਉਹਨਾਂ ਨੇ 2014 ਦੇ ਵਿੱਚ ਜਦੋਂ ਪਹਿਲੀ ਵਾਰ ਸਰਕਾਰ ਬਣਦੀ ਹੈ ਅਤੇ RSS ਦੇ ਮੁਖੀ ਮੋਹਨ ਭਾਗਵਤ ਕਹਿੰਦੇ ਆ ਕਿ ਅਸੀਂ ਜਿਹੜਾ ਆ ਹੁਣ ਹਿੰਦੂ ਰਾਸ਼ਟਰ ਬਣਾਉਣ ਵੱਲ ਕਦਮ ਪੁੱਟ ਰਹੇ ਹਾਂ, ਪਹਿਲਾਂ 2023 ਤੱਕ ਦਾ ਕਿਹਾ, ਹੁਣ 2023 ਤੱਕ ਪਹੁੰਚਦਿਆਂ ਉਹਨਾਂ ਨੇ ਲਗਭਗ ਕਾਫੀ ਹੱਦ ਤੱਕ ਜਿਹੜਾ ਕੰਟਰੋਲ ਹੈ ਉਹ ਹਰ ਇੱਕ ਸੰਸਥਾ ਦੇ ਉੱਤੇ, ਹਰ ਇੱਕ ਇੰਸਟੀਚਿਊਟ ਦੇ ਉੱਤੇ, ਅਤੇ ਜੁਡੀਸ਼ਰੀ ਤੋਂ ਲੈ ਕੇ ਫੌਜ ਤੱਕ ਹਰ ਥਾਂ 'ਤੇ ਉਹਨਾਂ ਦਾ ਜਿਹੜਾ ਕੰਟਰੋਲ ਹੈ ਉਹ ਨਜ਼ਰ ਆ ਰਿਹਾ। ਅਤੇ ਜੇ 2024 ਤੱਕ ਉਹਨਾਂ ਦੀ ਸਰਕਾਰ ਦੁਬਾਰਾ ਫਿਰ ਬਣ ਗਈ ਅਤੇ ਇਹ ਗੱਲ ਲਗਭਗ ਤੈਅ ਮੰਨੀ ਜਾ ਰਹੀ ਹੈ, ਉਹ ਆਪ ਵੀ ਕਹਿ ਰਹੇ ਆ RSS ਵਾਲੇ, ਅਤੇ ਅਦਰਵਾਈਜ਼ ਵੀ ਇਹ ਗੱਲ ਉਹ ਹੁੰਦੀ ਹੈ ਕਿ ਫਿਰ ਉਹਦੇ ਤੋਂ ਬਾਅਦ ਇਹਨਾਂ ਨੂੰ ਹਿਲਾਉਣਾ ਔਖਾ ਹੋ ਜਾਊਗਾ। ਸੋ ਇੱਕ ਤਾਂ ਇਹ ਬਹੁਤ ਇੰਪੋਰਟੈਂਟ ਨੁਕਤਾ ਇੱਥੇ ਸਮਝਣ ਵਾਲਾ ਦੇਖਣ ਵਾਲਾ। ਅਤੇ ਦੂਜਾ ਪਾਰਟ ਜਦੋਂ ਅਸੀਂ ਦੇਖਦੇ ਹਾਂ, ਜੇ ਅਸੀਂ ਇੰਡੀਆ ਬਲੋਕ ਦਾ ਹਿਸਾਬ ਕਿਤਾਬ ਦੇਖਣਾ ਹੋਵੇ, ਉਹਨਾਂ ਦਾ ਫੇਲੀਅਰ ਦਾ ਕਾਰਨ ਕਿਸ ਕਿਸਮ ਦਾ ਰਿਹਾ, ਜੇ ਅਸੀਂ ਆਈਡੀਓਲੋਜੀਕਲੀ ਗੱਲ ਕਰਨੀ ਹੋਵੇ, ਜਿਵੇਂ ਤੁਸੀਂ ਜ਼ਿਕਰ ਕੀਤਾ ਆ ਕਿ ਓਬਵੀਅਸਲੀ ਜਿਹੜੀ ਸਪਿਨ ਹਿੰਦੁੱਤਵਾ ਦੀ BJP RSS ਨੇ ਦੇ ਦਿੱਤੀ ਹੈ ਜਾਂ ਜਿਹੜੀ ਉਹਨਾਂ ਨੇ ਪੋਲੀਟਿਕਸ ਖੜੀ ਕਰ ਦਿੱਤੀ ਹੈ ਉਹਦੇ ਸਾਹਮਣੇ, ਮਤਲਬ ਇਹਨਾਂ ਨੇ ਕੋਸ਼ਿਸ਼ ਕੀਤੀ ਪਿਛਲੀਆਂ ਚੋਣਾਂ 'ਚ ਵੀ, ਐਤਕੀ ਵੀ ਅਸੀਂ ਦੇਖਿਆ ਕਿ ਇੱਕ ਸੌਫਟ ਹਿੰਦੁੱਤਵਾ ਦਾ ਜਿਹੜਾ ਉਹ ਏਜੰਡਾ ਸੈੱਟ ਕਰਕੇ ਉਹ ਮਤਲਬ ਮੰਦਰਾਂ ਦੇ ਵਿੱਚ ਜਾਣਾ, ਜਨੇਊ ਪਾਉਣਾ, ਉਹ ਕੇਜਰੀਵਾਲ ਰਾਹੁਲ ਗਾਂਧੀ ਦੀ ਜਿਹੜੀ ਸਾਰੀ ਸਿਆਸਤ ਰਹੀ ਹੈ ਪਿਛਲੇ ਸਮੇਂ ਦੇ ਵਿੱਚ ਉਸ ਦੁਆਲੇ ਘੁੰਮੀ ਆ। ਸੋ ਕਿਤੇ ਨਾ ਕਿਤੇ ਇਹ ਇੱਕ ਵੱਡਾ ਸਵਾਲ ਹੈ ਵੀ ਅੱਜ ਦਾ ਵੀ ਜਿਹੜਾ ਰਾਹੁਲ ਗਾਂਧੀ ਦਾ ਟਵੀਟ ਹੈ ਕਿ ਅਸੀਂ ਆਈਡੀਓਲੋਜੀਜ਼ ਦੀ ਜਿਹੜੀ ਇਹ ਲੜਾਈ ਹੈ ਉਹ ਜਾਰੀ ਰਹੂਗੀ, ਪਰ ਆਈਡੀਓਲੋਜੀਜ਼ ਕਿਹੜੀਆਂ? ਉਹਨਾਂ ਨੇ ਤਾਂ ਹਾਰਡ ਹਿੰਦੁੱਤਵਾਦੀ ਹਿੰਦੁੱਤਵਾਦੀ ਇੱਕ ਪ੍ਰੋਪਰ, ਸੋ ਜਦੋਂ ਮਾਰਕੀਟ ਦੇ ਵਿੱਚ ਵੋਟਰਾਂ ਦੇ ਲਈ, ਲੋਕਾਂ ਦੇ ਲਈ ਜਾਂ ਮੈਜੋਰਿਟੀ ਕਮਿਊਨਿਟੀ ਦੇ ਲਈ ਹਿੰਦੁੱਤਵਾਦੀ ਆਈਡੀਓਲੋਜੀ ਅਵੇਲੇਬਲ ਹੈਗੀ ਆ, ਤਾਂ ਫਿਰ ਉਹ ਕਿਉਂ ਸੌਫਟ ਹਿੰਦੁੱਤਵਾ ਵੱਲ ਆਉਣਗੇ? ਇਹ ਇੱਕ ਵੱਡਾ ਸਵਾਲ ਹੈ ਜਿਹੜਾ ਵਿਚਾਰਨ ਵਾਲਾ ਆ ਇਹਨਾਂ ਦੇ ਲਈ, ਵੀ ਜਿੰਨੀ ਦੇਰ ਤੱਕ ਇਹ ਲੀਕ ਖਿੱਚ ਕੇ ਦੂਜੇ ਪਾਸੇ ਦੀ ਸਿਆਸਤ ਜਿਹੜੀ ਕਿ ਬਿਲਕੁਲ ਆਪੋਜ਼ਿਟ ਹੈਗੀ ਆ ਹਿੰਦੁੱਤਵਾਦੀ ਆਈਡੀਓਲੋਜੀ ਤੋਂ, ਜੇ ਉਹ ਇਹ ਨਹੀਂ ਖੜੀ ਕਰਦੇ ਤਾਂ ਕਿਤੇ ਨਾ ਕਿਤੇ ਉਹ ਚਾਂਸ ਨਹੀਂ ਨਜ਼ਰ ਆਉਂਦਾ ਕਿ ਇਹ ਉਹਨਾਂ ਦੇ ਸਾਹਮਣੇ ਵੀ ਖਲੋ ਸਕਣ, ਜਾਂ ਉਹਨਾਂ ਦੀ ਟਰਫ 'ਤੇ ਜਾ ਕੇ ਜਦੋਂ ਇਹ ਖੇਡਦੇ ਆ ਤਾਂ ਇਹ ਉਹਨਾਂ ਤੋਂ ਸਟਰੋਂਗ ਨਹੀਂ ਖੇਡ ਸਕਦੇ, ਜਿਹੜਾ ਇੰਡੀਆ ਅਲਾਇੰਸ ਕਾਂਗਰਸ ਦੀ ਖਾਸ ਤੌਰ 'ਤੇ ਮੇਜਰ ਸਿਆਸਤ ਹੈ। ਸੋ ਇਹਨਾਂ ਚੋਣ ਨਤੀਜਿਆਂ ਦੇ ਵਿੱਚ ਇਹ ਗੱਲ ਨਜ਼ਰ ਆ ਰਹੀ ਹੈ। ਤੁਸੀਂ ਕਿਵੇਂ ਦੇਖ ਰਹੇ ਹੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਇਹ ਫੇਲੀਅਰ ਹੋਇਆ ਕਾਂਗਰਸ ਪਾਰਟੀ ਦਾ ਖਾਸ ਤੌਰ 'ਤੇ, ਅਤੇ ਨਾਲ ਹੀ ਨਾਲ ਇੰਡੀਆ ਅਲਾਇੰਸ ਦਾ, ਇਹਦੇ ਵਿੱਚ ਇਹ ਵੀ ਇੱਕ ਵੱਡਾ ਫੈਕਟਰ ਆ ਵੀ ਇਹ ਅਲਾਇੰਸ ਜ਼ਰੂਰ ਬਣਾਇਆ ਪਰ ਇਹਨਾਂ ਚੋਣਾਂ ਦੇ ਵਿੱਚ ਉਸ ਕਿਸਮ ਦੀ ਜਿਹੜੀ ਕੰਜੰਕਸ਼ਨ ਹੈ ਜਾਂ ਜਿਹੜੀ ਆਪਸੀ ਤਾਲਮੇਲ ਹੈ ਉਹ ਨਹੀਂ ਨਜ਼ਰ ਆਇਆ, ਨਾ ਸੀਟ ਸ਼ੇਅਰਿੰਗ ਦੇ ਮਾਮਲੇ ਦੇ ਵਿੱਚ, ਨਾ ਅਦਰਵਾਈਜ਼, ਉਹ ਕੁਝ ਵੀ ਨਹੀਂ ਗਰਾਊਂਡ ਲੈਵਲ 'ਤੇ ਨਜ਼ਰ ਆਇਆ। ਜੇ ਅਲਾਇੰਸ ਸੀ ਤਾਂ ਉਹ ਅਲਾਇੰਸ ਦੇ ਤੌਰ 'ਤੇ ਜੇ ਐਕਟ ਕਰਦਾ ਤਾਂ ਹੋ ਸਕਦਾ ਨਤੀਜੇ ਡਿਫਰੈਂਟ ਹੁੰਦੇ, ਜੇ ਡਿਫਰੈਂਟ ਨਾ ਵੀ ਹੁੰਦੇ ਤਾਂ ਘੱਟੋ ਘੱਟ ਇਹ ਹੋਣਾ ਸੀ ਵੀ ਜਿਹੜੀ ਹਾਰ ਹੈ ਉਹ ਇੰਨੀ ਬੁਰੀ ਤਰ੍ਹਾਂ ਨਹੀਂ ਸੀ ਹੋਣੀ। ਬਿਲਕੁਲ ਜੀ, ਜਿਹੜੀ ਇੰਡੀਆ ਦੀ ਪੋਲੀਟਿਕਸ ਆ ਉਹਦੇ ਵਿੱਚ ਜਿਵੇਂ ਸਾਨੂੰ, ਮੈਂ ਤੁਹਾਨੂੰ ਦੱਸ ਰਿਹਾ ਕਿ ਜਿਹੜਾ ਹਿੰਦੀ ਹਾਰਟਲੈਂਡ ਆ, ਸਭ ਤੋਂ ਪਹਿਲੀ ਰਗ ਤਾਂ ਇਹ ਹੈ ਜਿਹੜੀ ਫੜਨ ਦੀ ਜ਼ਰੂਰਤ ਆ ਕਿ ਇੰਡੀਆ ਦੇ ਪਾਰਲੀਮੈਂਟਰੀ ਸਿਸਟਮ ਦੇ ਵਿੱਚ ਮਤਲਬ ਜਿਹੜੀ ਹਿੰਦੀ ਹਾਰਟਲੈਂਡ ਆ ਉਹਦਾ ਪ੍ਰਪੋਰਸ਼ਨ ਬਹੁਤ ਜ਼ਿਆਦਾ ਆ। ਜੇ ਉਹ ਹਿੰਦੀ ਹਾਰਟਲੈਂਡ ਜਿਹੜੀ ਆ
ਮਤਲਬ ਉਹਦੇ ਵਿੱਚ ਜਿਹੜੀ ਜਿਹੜੀ ਸਾਈਕੀ ਆ ਪੋਪੂਲੇਸ਼ਨ ਦੀ ਉਹ ਮਤਲਬ ਹਿੰਦੂ ਡੋਮੀਨੈਂਸ ਚਾਹੁੰਦੀ ਆ, ਅਤੇ ਉਹ ਹਿੰਦੂ ਡੋਮੀਨੈਂਸ ਜਦੋਂ ਪੂਰੇ ਰਿਜਿਡ ਫੋਰਮ ਦੇ ਵਿੱਚ ਬੀ ਜੇ ਪੀ ਦੇ ਰਹੀ ਆ ਅਤੇ ਕਾਂਗਰਸ ਉਹਦਾ ਓਪੋਜੀਸ਼ਨ ਹੁਣ ਬਣ ਹੀ ਨਹੀਂ ਸਕਦੀ ਆ ਜੀ, ਕਿਉਂਕਿ ਕਾਂਗਰਸ ਆਲਰੇਡੀ ਜਿਹੜੀ ਆ ਉਹ ਹਿੰਦੁੱਤਵਾ ਦੀ ਹੀ ਇੱਕ ਕਲਾਸ ਆ, ਅਤੇ ਉਹ ਬਲਕਿ ਮਤਲਬ ਜਿਹੜੀ ਹਿੰਦੁੱਤਵਾ ਦੀ ਉਹ ਕਲਾਸ ਆ ਜਿਹਤੋਂ ਇੱਥੋਂ ਦੇ ਜਿਹੜੇ ਹਿੰਦੀ ਹਾਰਡਲੈਂਡ ਦੇ ਲੋਕ ਆ ਉਹ ਅੱਕ ਚੁੱਕੇ ਆ ਅਤੇ ਉਹ ਦੁਬਾਰਾ ਹੁਣ ਉਹਦੇ ਵੱਲ ਨੂੰ ਮੁੜਨਾ ਨਹੀਂ ਚਾਹੁੰਦੇ, ਅਤੇ ਇਸੇ ਕਰਕੇ ਮਤਲਬ ਉਹ ਹੁਣ ਅਸੀਂ ਜਿਹੜੀ ਆ ਇੰਡੀਆ ਬਲੋਕ ਦੀ ਸਾਰੀ ਗੱਲ ਕਰ ਰਹੇ ਹਾਂ ਵੀ ਇਹਦਾ ਕੋਈ ਫਿਊਚਰ ਜਿਹੜਾ ਆ ਇਸ ਉਸ ਥਾਂ ਤੇ ਦਿਖਦਾ ਨਹੀਂ ਹੈਗਾ। ਹੁਣ ਮਸਲਾ ਇਹ ਆ ਵੀ ਜੇ ਹਿੰਦੀ ਹਾਰਡਲੈਂਡ ਨੇ ਆਪਣੀ ਪੋਲੀਟਿਕਸ ਨੂੰ ਮਤਲਬ ਅਸੀਂ ਇਹ ਜਿਹੜੀ ਗੱਲਬਾਤ ਕਰ ਰਹੇ ਹਾਂ ਉਹ ਜਿਹੜਾ ਇੰਡੀਆ ਦਾ ਮੌਜੂਦਾ ਪੋਲੀਟੀਕਲ ਸਟਰਕਚਰ ਆ ਉਹਦੇ ਮੁਤਾਬਕ ਗੱਲਬਾਤ ਕਰ ਰਹੇ ਹਾਂ, ਤਾਂ ਉਹਦੇ ਵਿੱਚ ਜੇ ਹਿੰਦੀ ਹਾਰਡਲੈਂਡ ਦੀ ਇਹ ਪੋਪੂਲੇਸ਼ਨ ਹੈ ਹਮੇਸ਼ਾ ਹਿੰਦੂ ਡੋਮੀਨੈਂਸ ਵਾਲੀ ਧਿਰ ਨੂੰ ਹੀ ਸਪੋਰਟ ਕਰਨੀ ਆ, ਤਾਂ ਉੱਥੇ ਅਦਰਸ ਕਿਹੜੇ ਰਹਿ ਜਾਂਦੇ ਆ ਜੀ। ਮਸਲਾ ਇਹ ਆ ਵੀ ਜਿਹੜੇ ਉਹ ਅਦਰਸ ਨੇ ਉਹ ਯੂਨਾਈਟ ਹੋ ਕੇ ਫਿਰ ਉਹ ਇਹਨਾਂ ਨੂੰ ਕੋਈ ਨਾ ਕੋਈ ਜਿਹੜਾ ਆ ਟੱਕਰ ਦੇ ਸਕਦੇ ਆ। ਹੁਣ ਅਦਰਸ ਹੈਗੇ ਆ ਉਹਦੇ ਵਿੱਚ ਜਿਵੇਂ ਅਸੀਂ ਗੱਲ ਕਰੀਏ ਮਾਇਨੋਰਿਟੀਜ਼, ਦਲਿਤ ਅਤੇ ਰੀਜਨਲ ਜਿਹੜੀਆਂ ਆਈਡੈਂਟੀਟੀਜ਼ ਨੇ ਅਤੇ ਐਥਨਿਕ ਆਈਡੈਂਟੀਟੀਜ਼ ਨੇ ਜਿਹੜੀਆਂ, ਹੁਣ ਉਹ ਨੌਰਥ ਈਸਟ ਦੀਆਂ ਸਟੇਟਸ ਦੇ ਵਿੱਚ ਅਸੀਂ ਦੇਖੀਏ ਜਿੱਥੇ ਬੀਜੇਪੀ ਜਿਹੜੀ ਆ ਹਜੇ ਉਵੇਂ ਕਾਬਜ ਨਹੀਂ ਹੋ ਸਕੀ ਆ ਜੀ, ਵੀ ਜਿੱਥੇ ਅਸੀਂ ਕਹਿੰਦੇ ਹਾਂ ਵੀ ਇਹ ਜਿਹੜੇ ਆਦਰਸ ਬੈਠੇ ਆ ਜਿੱਥੇ ਆਦਰਸ ਜਿਹੜੇ ਆ ਉਹ ਡੋਮੀਨੇਟ ਕਰਦੇ ਆ, ਉਹ ਨੌਰਥ ਈਸਟ ਹੋਵੇ ਉਹ ਸਾਊਥ ਹੋਵੇ, ਕਿਉਂਕਿ ਜਿਹੜੀ ਸਾਊਥ ਦੀ ਪੋਲੀਟਿਕਸ ਆ ਉਹ ਐਥਨਿਕ ਆਈਡੈਂਟੀਟੀਜ਼ ਦੀ ਪੋਲੀਟਿਕਸ ਆ, ਅਤੇ ਉਸ ਤੋਂ ਇਲਾਵਾ ਜਿਹੜੀ ਨੌਰਥ ਦੇ ਵਿੱਚ ਅਸੀਂ ਦੇਖਿਆ ਵੀ ਪੰਜਾਬ ਅਤੇ ਕਸ਼ਮੀਰ ਜਿਹੜਾ ਆ ਵੀ ਜਿੱਥੇ ਇਹਨਾਂ ਨੂੰ ਮਿਲਦਾ, ਕਿਉਂਕਿ ਬੀਜੇਪੀ ਜਿਹੜੀਆਂ ਸੀਟਾਂ ਲੈ ਕੇ ਜਾਂਦੀ ਉਹ ਸਿਰਫ ਜੰਮੂ ਦੀਆਂ ਲੈ ਕੇ ਜਾਂਦੀ ਹੈ, ਜਿਹੜੀ ਕਿ ਉਹ ਆਲਰੇਡੀ ਜਿਹੜਾ ਮਤਲਬ ਉੱਥੋਂ ਦਾ ਦੀ ਡੋਗਰਾ ਜਿਹੜੀ ਮੈਜੋਰਿਟੀ ਆ ਉਹ ਹਿੰਦੂ ਜਿਹੜਾ ਕਲਟ ਹੈਗਾ ਉਹਦੇ ਵਿੱਚ ਜਜਬ ਹੋ ਚੁੱਕੀ ਆ ਪੋਲੀਟੀਕਲੀ ਜੀ। ਤਾਂ ਮਤਲਬ ਹੁਣ ਇਹ ਸਾਰੀਆਂ ਜਿਹੜੀਆਂ ਕੈਲਕੂਲੇਸ਼ਨਸ ਆ ਇਹਨਾਂ ਤੋਂ ਇਹ ਆ ਵੀ ਜਿਹੜਾ ਇੰਡੀਆ ਦੇ ਵਿੱਚ ਓਪੋਜੀਸ਼ਨ ਹੋਏ ਜਿਵੇਂ ਦਾ ਇੰਡੀਆ ਬਲੋਕ ਬਣਾ ਕੇ ਕਾਂਗਰਸ ਦੀ ਲੀਡ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਗਈ ਉਹ ਕਦੇ ਮਤਲਬ ਉਹਦੀ ਪੋਸੀਬਿਲਿਟੀ ਲੱਗਦੀ ਨਹੀਂ ਹੈਗੀ ਕਾਮਯਾਬ ਹੋਣ ਦੀ ਜੀ। ਹੁਣ ਚਾਹੀਦਾ ਕੀ ਆ ਵੀ ਚਾਹੀਦਾ ਤਾਂ ਇਹ ਸੀ ਵੀ ਜਿਹੜੀਆਂ ਇਹ ਆਦਰਸ ਜਿਹੜੇ ਹੈਗੇ ਆ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਪੋਲੀਟੀਕਲ ਰੀਪ੍ਰਜੈਂਟੇਟਿਵ ਔਰਗਨਾਈਜੇਸ਼ਨ ਸੀ ਉਹ ਲੀਡ ਕਰਦੀਆਂ ਲੋਕਾਂ ਨੂੰ ਅਤੇ ਕੋਈ ਯੂਨਾਈਟਿਡ ਫਰੰਟ ਬਣਾਉਂਦੀਆਂ ਅਤੇ ਫਿਰ ਉਹਦੇ ਵਿੱਚੋਂ ਕੁਛ ਨਾ ਕੁਛ ਪੋਲੀਟੀਕਲ ਚੇਂਜਸ ਜਿਹੜੀਆਂ ਉੱਥੇ ਹੋਣ ਦੀ ਸੰਭਾਵਨਾ ਸੀ, ਪਰ ਉਹ ਅਸੀਂ ਦੇਖੀਏ ਪੰਜਾਬ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਕੀ ਹਾਲ ਹੋਇਆ। ਹੁਣ ਲੇਟੈਸਟ ਜਿਹੜੀ ਮਿਜ਼ੋਰਮ ਆ ਮਿਜ਼ੋਰਮ ਦਾ ਰਿਜ਼ਲਟ ਆ ਉਹ ਆਪਣੇ ਆਪ ਦੇ ਵਿੱਚ ਉਹ ਵੀ ਇੱਕ ਬਹੁਤ ਇੰਟਰਸਟਿੰਗ ਚੀਜ਼ ਆ ਖਾਸ ਤੌਰ 'ਤੇ ਜੇ ਪੰਜਾਬ ਦੇ ਨਜ਼ਰੀਏ ਤੋਂ ਦੇਖਣਾ ਜੀ, ਵੀ ਉੱਥੋਂ ਦੀ ਜਿਹੜੀ ਜ਼ੋਰਮ ਪੀਪਲਸ ਮੂਵਮੈਂਟ ਆ ਉਹ ਮਤਲਬ ਨਹੀਂ ਤਾਂ ਉੱਥੇ ਜਿਵੇਂ ਮਿਜ਼ੋ ਨੈਸ਼ਨਲ ਜਿਹੜੀ ਨੈਸ਼ਨਲ ਫਰੰਟ ਆ ਉਹ ਜਿਹੜਾ ਮਿਜ਼ੋਰਮ ਨੈਸ਼ਨੈਲਿਟੀ ਆ ਮਿਜ਼ੋ ਨੈਸ਼ਨੈਲਿਟੀ ਆ ਉਹਦੇ ਉੱਤੇ ਪੋਲੀਟਿਕਸ ਕਰਦੀ ਸੀ ਅਤੇ ਇਸ ਵਾਰ ਉਹਨਾਂ ਨੂੰ ਬੁਰੀ ਹਾਰ ਹੋਈ ਆ। ਹਾਲਾਂਕਿ ਜਿਹੜਾ ਮਿਜ਼ੋ ਨੈਸ਼ਨਲ ਫਰੰਟ ਆ ਜਿਵੇਂ ਪੰਜਾਬ ਦੇ ਵਿੱਚ ਅਕਾਲੀ ਦਲ ਐਨ ਡੀ ਏ ਦਾ ਅਲਾਈ ਸੀ ਉਵੇਂ ਹੀ ਮਿਜ਼ੋ ਨੈਸ਼ਨਲ ਫਰੰਟ ਵੀ ਮਿਜ਼ੋ ਨੈਸ਼ਨਲਿਜ਼ਮ ਦੀ ਗੱਲ ਕਰਦਿਆਂ ਹੋਇਆਂ ਵੀ ਉਹ ਉੱਥੇ ਐਨ ਡੀ ਏ ਦਾ ਅਲਾਈ ਸੀ ਅਤੇ ਪੰਜਾਬ ਨੇ ਵੀ ਆਰਮਡ ਸਟਰਗਲ ਲੜੀ ਆ ਆਪਣੀ ਐਗਜ਼ਿਸਟੈਂਸ ਵਾਸਤੇ ਅਤੇ ਜਿਹੜੀ ਮਿਜ਼ੋ ਨੈਸ਼ਨਲਿਜ਼ਮ ਆ ਉਹਨਾਂ ਦੀ ਵੀ ਜਿਹੜੀ ਵੱਡੀ ਆਰਮਡ ਸਟਰਗਲ ਆ ਉੱਥੇ ਮਿਜ਼ੋਰਮ ਦੇ ਵਿੱਚ ਉੱਥੇ ਨੌਰਥ ਈਸਟ ਦੇ ਵਿੱਚ ਉਹ ਲੜੀ ਗਈ ਆ ਆਪਣੀ ਐਗਜ਼ਿਸਟੈਂਸ ਵਾਸਤੇ। ਪਰ ਜਿਹੜੇ ਦੋਵਾਂ ਦੇ ਦੋਵਾਂ ਧਿਰਾਂ ਦੇ ਜਿਹੜੇ ਪੋਲੀਟੀਕਲ ਵਿੰਗ ਨੇ ਪੋਲੀਟੀਕਲ ਰੀਪ੍ਰਜੈਂਟੇਸ਼ਨ ਆ ਉਹ ਐਨ ਡੀ ਏ ਦੀ ਅਲਾਈ ਆ ਅਤੇ ਤੁਸੀਂ ਦੇਖੋ ਇਹਨਾਂ ਦੋਵਾਂ ਨੂੰ ਹੀ ਹੁਣ ਹੋਇਆ ਕਿ ਇਸ ਵਾਰ ਦੀ ਮਿਜ਼ੋਰਮ ਦੀ ਇਲੈਕਸ਼ਨ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜਾ ਮਿਜ਼ੋ ਨੈਸ਼ਨਲ ਫਰੰਟ ਆ ਜਿਹੜੀਆਂ ਹੁਣ ਲੇਟੈਸਟ ਕਿਉਂਕਿ ਉੱਥੇ ਨਾਗਾਲੈਂਡ ਦੇ ਵਿੱਚ ਜਿਹੜੇ ਟਕਰਾਅ ਹੋਏ ਆ ਉਹ ਤੋਂ ਬਾਅਦ ਜਿਹੜਾ ਮਿਜ਼ੋ ਨੈਸ਼ਨਲ ਫਰੰਟ ਆ ਉਹਨੇ ਆਪਣਾ ਅਲਾਇੰਸ ਤੋੜ ਲਿਆ ਸੀ ਬੀਜੇਪੀ ਦੇ ਨਾਲ, ਪਰ ਹੁਣ ਇਹ ਕਹਿ ਰਹੇ ਆ ਵੀ ਮਿਜ਼ੋ ਨੈਸ਼ਨਲ ਫਰੰਟ ਦੀ ਹਾਰ ਦੇ ਪਿੱਛੇ ਇਹ ਸਭ ਤੋਂ ਬੜਾ ਕਾਰਨ ਹੈ ਵੀ ਬੀਜੇਪੀ ਨੇ ਜ਼ੋਰਮ ਪੀਪਲਸ ਮੂਵਮੈਂਟ ਨੂੰ ਉੱਥੇ ਸਟਰੋਂਗ ਕੀਤਾ। ਮਤਲਬ ਇਹ ਹੁਣ ਜਿਹੜਾ ਇਹਦਾ ਅਨਾਲਿਸਿਸ ਹੋ ਰਿਹਾ ਵੀ ਪੰਜਾਬ ਦੇ ਵਿੱਚ ਵੀ ਅਸੀਂ ਦੇਖ ਰਹੇ ਹਾਂ ਵੀ ਅਕਾਲੀ ਦਲ ਖਤਮ ਹੋ ਗਿਆ ਤੇ ਉੱਥੇ ਮਿਜ਼ੋ ਨੈਸ਼ਨਲ ਫਰੰਟ ਖਤਮ ਹੋ ਰਹੀ ਆ, ਤਾਂ ਜਿਹੜੀ ਜਿਹੜੇ ਆਦਰਸ ਦੀਆਂ ਪੋਲੀਟੀਕਲ ਰੀਪ੍ਰਜੈਂਟੇਸ਼ਨ ਸੀ ਉਹਨਾਂ ਨੂੰ ਕਿਵੇਂ ਡਿਲਿਊਟ ਕੀਤਾ ਕਰਪਟ ਕੀਤਾ ਤੇ ਫਿਰ ਮਤਲਬ ਜਿਹੜਾ ਜਿਹੜਾ ਵੀ ਬੀਜੇਪੀ ਦੇ ਨਾਲ ਰੀਜਨਲ ਪਾਰਟੀ ਲਾਈ ਰਹੀ ਆ ਉਹਦੀ ਪਛਾਣ ਖਤਮ ਕਰਤੀ ਉਹਦੀ ਹੋਂਦ ਖਤਮ ਕਰਤੀ ਹੈ ਬੀਜੇਪੀ ਨੇ ਜੀ। ਤਾਂ ਮਤਲਬ ਇਹ ਲਗਾਤਾਰ ਅਸੀਂ ਦੇਖੀਏ ਵੀ 10-15 ਸਾਲਾਂ ਦੀ 20 ਸਾਲਾਂ ਦੀ ਪੋਲੀਟੀਕਲ ਪ੍ਰੈਕਟਿਸ ਆ
ਜਿਹਦੇ ਵਿੱਚ ਜਿਹੜੇ ਆਦਰਸ ਹੈਗੇ ਆ ਜਿਹੜੇ ਹੁਣ ਤੜਫਦੇ ਆ ਉੱਥੇ ਬੀਜੇਪੀ ਦਾ ਰਜੀਮ ਹੋਣ ਦੇ ਨਾਲ, ਉਹਨਾਂ ਦੇ ਕੋਲ ਕੋਈ ਪੋਲੀਟੀਕਲ ਰਿਪ੍ਰੈਜ਼ੈਂਟੇਸ਼ਨ ਹੀ ਆਪਣੀ ਹੈਗੀ ਜੀ। ਹੁਣ ਜਿਹੜਾ ਆਹ ਜ਼ੋਰਮ ਪੀਪਲਸ ਮੂਵਮੈਂਟ ਚੁਣੀ ਗਈ ਆ, ਇਹ ਇੱਕ ਤਰ੍ਹਾਂ ਦੇ ਨਾਲ ਮਤਲਬ ਜਿਹੜਾ ਮੀਜ਼ੋ ਨੈਸ਼ਨਲਿਜ਼ਮ ਆ ਉਹਨੂੰ ਸੈਕਿੰਡ ਥਾਂ ਤੇ ਲੈ ਆਈ ਆ, ਵੀ ਇਹ ਗੱਲ ਕਰਦੀ ਹੈ ਜੀ ਅਸੀਂ ਕਰਪਸ਼ਨ ਹਟਾਵਾਂਗੇ, ਅਸੀਂ ਡਿਵੈਲਪਮੈਂਟ ਦੀ ਗੱਲ ਕਰਾਂਗੇ, ਅਸੀਂ ਉਹ ਮਤਲਬ ਮੀਜ਼ੋਰਮ ਦੀ ਪੋਲੀਟਿਕਸ। ਤੇ ਜਿਹੜਾ ਬੰਦਾ ਇਹਨੂੰ ਲੀਡ ਕਰ ਰਿਹਾ ਆ ਉਹ ਇੱਕ IPS ਆਫਿਸਰ ਆ ਇੰਡੀਆ ਦਾ, ਜਿਹਨੇ ਕਿ ਜਿਹੜੀ ਮਤਲਬ ਉਹਦੀ ਇੰਪੋਰਟੈਂਸ ਕੀ ਆ, ਹੁਣ ਉਹ ਬੰਦਾ ਇੰਦਰਾ ਗਾਂਧੀ ਨੇ ਅਸਾਈਨ ਕੀਤਾ ਸੀ ਜਦੋਂ ਜਿਹੜਾ ਮੀਜ਼ੋਸ ਦੀ ਜਿਹੜੀ ਆਰਮਡ ਸਟਰਗਲ ਸੀ, ਜਿਹੜਾ ਉਹਦਾ ਲੀਡਰ ਸੀ, ਉਹਦੇ ਨਾਲ ਸੀਜ਼ ਫਾਇਰ ਕਰਨ ਵਾਸਤੇ ਜਿਹੜਾ ਲੰਡਨ ਦੇ ਵਿੱਚ ਇਹ ਬੰਦਾ ਇੰਦਰਾ ਗਾਂਧੀ ਨੇ ਭੇਜਿਆ ਸੀ ਕਿ ਤੂੰ ਗੱਲਬਾਤ ਕਰਕੇ ਆ ਤੇ ਸੀਜ਼ ਫਾਇਰ ਕਰਵਾ, ਹੈ ਨਾ। ਤੇ ਇਹਦੇ ਗੱਲਬਾਤ ਕਰਨ ਤੋਂ ਬਾਅਦ ਫਿਰ ਜਦੋਂ ਇੰਦਰਾ ਗਾਂਧੀ ਦੀ ਸਿੱਖਾਂ ਵੱਲੋਂ ਸੋਧਾ ਲੱਗਿਆ ਤੇ ਉਹ ਤੋਂ ਬਾਅਦ ਰਾਜੀਵ ਗਾਂਧੀ ਦੀ ਰਜੀਮ ਦੇ ਵਿੱਚ ਫਿਰ ਇਹਦੇ ਰਾਹੀਂ ਜਿਹੜਾ ਆ ਇਹ ਸੀਜ਼ ਫਾਇਰ ਹੋਇਆ ਸੀ। ਮਤਲਬ ਇੱਥੇ ਜਿਹੜੀ ਡੀਪ ਸਟੇਟ ਆ ਉਹਦੀ ਵਰਕਿੰਗ ਸਮਝਣੀ ਬੜੀ ਜ਼ਰੂਰੀ ਆ, ਜਿਹੜਾ ਸਾਰਾ ਇਲੈਕਸ਼ਨ ਸਿਸਟਮ ਆ ਉਹਦੇ 'ਚ ਜਿਹੜੀਆਂ ਪੋਲੀਟੀਕਲ ਪਾਰਟੀਜ਼ ਨੇ, ਨੈਸ਼ਨਲ ਪੋਲੀਟੀਕਲ ਪਾਰਟੀਜ਼ ਨੇ, ਉਹਨਾਂ ਦਾ ਰੋਲ ਸਮਝਣਾ ਬੜਾ ਜ਼ਰੂਰੀ ਆ। ਫਿਰ ਮਤਲਬ ਅਸੀਂ ਦੇਖ ਸਕਦੇ ਹਾਂ ਵੀ ਜਿਹੜੀ ਪੰਜਾਬ ਦੀ ਇਸ ਟਾਈਮ ਸਿਚੁਏਸ਼ਨ ਆ, ਵੀ ਪੰਜਾਬ ਦੀ ਜਾਂ ਸਿੱਖਾਂ ਦੀ ਤਰਾਸ ਦੀ ਇਹ ਜੋ ਅਸੀਂ ਦੇਖ ਰਹੇ ਹਾਂ ਉਹ ਬੜੀਆਂ ਇੱਥੇ ਜਿਹੜੇ ਆਦਰਸ ਦੀ ਮੈਂ ਗੱਲ ਕਰ ਰਿਹਾ, ਜਿਹੜੇ ਮਤਲਬ ਜਿਹੜੀਆਂ ਐਥਨਿਕ ਨੈਸ਼ਨੈਲਿਟੀਜ਼ ਆ ਉਹਨਾਂ ਸਾਰਿਆਂ ਦੀ ਇਹ ਤਰਾਸ ਦੀ ਬਣੀ ਹੋਈ ਆ ਜੀ। ਸਾਊਥ ਦੇ ਵਿੱਚ ਅੱਜ ਕਾਂਗਰਸ ਦੀ ਜਿਹੜੀ ਗਵਰਨਮੈਂਟ ਆਈ ਆ ਤੇਲੰਗਾਨਾ ਦੇ ਵਿੱਚ ਆਈ ਆ ਸਰ, ਤੇ ਉਹ ਕਿਉਂ ਆਈ ਆ ਕਿਉਂਕਿ ਸਾਊਥ ਵੀ ਜਿਹੜਾ ਆ ਉਹ ਬੀਜੇਪੀ ਦੇ ਪ੍ਰਭਾਵ ਤੋਂ ਹਜੇ ਮੁਕਤ ਆ, ਹਾਲਾਂਕਿ ਉੱਥੇ ਤੇਲੰਗਾਨਾ ਦੇ ਵਿੱਚ ਬੀਜੇਪੀ ਲਗਾਤਾਰ ਜਿਹੜੀ ਆ ਆਪਣੇ ਪੈਰ ਪਸਾਰ ਰਹੀ ਆ। ਪਰ ਅਸੀਂ ਦੇਖੀਏ ਵੀ ਬੀਜੇਪੀ ਦਾ ਪੈਸਾ ਜਿਵੇਂ ਉਹ ਲਾਉਂਦੇ ਆ ਜਾਂ ਉਹਨਾਂ ਦੇ ਕੋਲ ਆਰਗਨਾਈਜੇਸ਼ਨ ਸਟਰਕਚਰ ਆ, ਉਹਨਾਂ ਦੇ ਕੋਲ ਇਨਫੋਰਸਮੈਂਟ ਡਾਇਰੈਕਟੋਰੇਟ ਇਹੋ ਜਿਹੇ ਸਾਰੇ ਹੁਣ ਸੈਂਟਰ ਦੀਆਂ ਪਾਵਰਸ ਹੈਗੀਆਂ, ਉਹਦੇ ਨਾਲ ਵਧਣਾ ਉਹਨਾਂ ਦਾ ਸੁਭਾਵਿਕ ਆ। ਪਰ ਫਿਰ ਵੀ ਜਿਹੜੀ ਇੱਕ ਵਾਸਟ ਮੈਜੋਰਿਟੀ ਆ ਉੱਥੋਂ ਦੀ ਉਹ ਨਹੀਂ ਅਕਸੈਪਟ ਕਰ ਰਹੀ ਆ ਬੀਜੇਪੀ ਨੂੰ। ਹੁਣ ਕਾਂਗਰਸ ਉਹਨਾਂ ਦੇ ਲਈ ਕੋਈ ਸੋਲਿਊਸ਼ਨ ਨਹੀਂ ਆ, ਕਾਂਗਰਸ ਮਤਲਬ ਹੋਰ ਉਹਨਾਂ ਦੇ ਕੋਲ ਕੋਈ ਆਪਸ਼ਨ ਹੀ ਨਹੀਂ ਆ, ਵੀ ਹੁਣ ਉਹਨਾਂ ਦੇ ਕੋਲ ਜਿਹੜੀ ਆਪਸ਼ਨ ਆ ਉਹ ਸਿਰਫ ਤੇ ਸਿਰਫ ਕਾਂਗਰਸ ਦੀ ਆ, ਵੀ ਜਿਹਦੇ ਵਿੱਚ ਨਾਲ ਉਹ ਇਸ ਵਾਰ ਗਏ ਆ ਵੀ 64 ਸੀਟਾਂ ਉੱਥੇ ਕਾਂਗਰਸ ਨੂੰ ਮਿਲੀਆਂ। ਪਰ ਸਾਊਥ ਇਸ ਗੱਲ ਨੂੰ ਸਮਝਦਾ ਆ, ਸਾਊਥ ਦਾ ਇੱਕ ਵੱਡਾ ਹਿੱਸਾ, ਵੀ ਇਹ ਸਾਡਾ ਸੋਲਿਊਸ਼ਨ ਨਹੀਂ, ਕਿਉਂਕਿ ਕਾਂਗਰਸ ਵੀ ਜਿਹੜੀ ਆ ਉਹਨੇ ਜਾ ਕੇ ਮਤਲਬ ਜਿਹੜੀਆਂ ਪ੍ਰੋਬਲਮਸ ਆ ਸਾਊਥ ਫੇਸ ਕਰ ਰਿਹਾ ਆ, ਚਾਹੇ ਉਹ ਪੋਲੀਟੀਕਲ ਰਿਪ੍ਰੈਜ਼ੈਂਟੇਸ਼ਨ ਨੂੰ ਲੈ ਕੇ ਹੋਵੇ ਇੰਡੀਅਨ ਪਾਰਲੀਮੈਂਟਰੀ ਸਿਸਟਮ ਦੇ ਵਿੱਚ, ਚਾਹੇ ਉਹ ਟੈਕਸ ਦੀ ਜਿਹੜੀ ਮਤਲਬ ਅਸੀਂ ਕਹਿੰਦੇ ਹਾਂ ਵੀ ਰਿਸੋਰਸਿਸ ਦੀ ਵੰਡ ਨੂੰ ਲੈ ਕੇ ਹੋਵੇ, ਵੀ ਉਹ ਤਾਂ ਕਾਂਗਰਸ ਜਿਹੜੀ ਆ ਉਹੀ ਮਤਲਬ ਇਹਦਾ ਹੀ ਸੈਟਅਪ ਕੀਤਾ ਹੋਇਆ ਸਾਰਾ ਸਿਸਟਮ ਆ। ਤੇ ਇਹਦੇ ਵਿੱਚੋਂ ਪਰ ਹੁਣ ਮਸਲਾ ਇਹ ਆ ਵੀ ਜਿਵੇਂ ਜਿਹੜੇ ਇਹ ਸਾਰੀਆਂ ਧਿਰਾਂ ਹੈਗੀਆਂ ਨੇ ਇਹਨਾਂ ਦੇ ਕੋਲ ਮਤਲਬ ਇਹਨਾਂ ਦੇ ਆਰਗਨਾਈਜੇਸ਼ਨਲ ਸਟਰਕਚਰ ਖਤਮ ਕਰ ਦਿੱਤੇ ਗਏ ਆ, ਵੀ ਜਿਹਦੇ ਚੱਲਦਿਆਂ ਹੁਣ ਅਸੀਂ ਕਹਿ ਸਕਦੇ ਹਾਂ ਵੀ ਮਤਲਬ ਮੈਂ ਹੁਣ ਕਿਹੜਾ ਸ਼ਬਦ ਵਰਤਾਂ, ਵੀ ਇਹਨਾਂ ਨੂੰ ਕੋਈ ਢੋਈ ਨਜ਼ਰ ਨਹੀਂ ਆਉਂਦੀ। ਤੇ ਉਹਦੇ ਵਿੱਚੋਂ ਇਹ ਫਿਰ ਜਿਵੇਂ ਪੰਜਾਬ ਵਾਲਿਆਂ ਨੇ ਆਪ ਵਾਲੇ ਲਿਆਉਂਦੇ ਆ, ਵੀ ਐਵੇਂ ਦੀ ਜਿਹੜੇ ਲਗਾਤਾਰ ਵੀ ਉਹੀ ਬਦਲ ਵੀ ਉਹ ਆ ਰਹੇ ਆ ਜਿਹੜੀ ਡੀਪ ਸਟੇਟ ਚਾਹੁੰਦੀ ਆ ਜੀ, ਵੀ ਉਹ ਜਿਹੜਾ ਖਲਾ ਆ ਉਹਨੂੰ ਭਰਨ ਦੇ ਲਈ। ਤਾਂ ਇਹ ਚੀਜ਼ਾਂ ਨੂੰ ਸਮਝਣਾ ਮਤਲਬ ਪੰਜਾਬ ਦੇ ਲੋਕਾਂ ਨੂੰ ਵੀ ਬੜਾ ਜ਼ਰੂਰੀ ਆ, ਕਿਉਂਕਿ ਜਿਹੜੀ ਮਤਲਬ ਹਾਲਾਂਕਿ ਪੰਜਾਬ ਦੇ ਵਿੱਚ ਜਿਹੜੀ ਸੈਪਰੇਟਿਜ਼ਮ ਦੀ ਮੂਵਮੈਂਟ ਆ, ਖਾਲਿਸਤਾਨ ਦੀ ਮੂਵਮੈਂਟ ਆ, ਉਹਦੀ ਐਸਪੀਰੇਸ਼ਨ ਆ ਉਹ ਬਹੁਤ ਜ਼ਿਆਦਾ ਸਿੱਖਾਂ ਦੇ ਵਿੱਚ, ਪਰ ਇਹ ਇੱਕ ਰਿਐਲਿਟੀ ਆ ਵੀ ਜਿਹੜੇ ਸਿੱਖ ਉਹ ਐਸਪੀਰੇਸ਼ਨ ਰੱਖ ਕੇ ਵੀ ਜਿਹੜੇ ਆ ਉਹਨਾਂ ਦੇ ਲਈ ਇੱਕ ਪ੍ਰੈਕਟੀਕਲ ਪੋਲੀਟਿਕਸ ਇਹੀ ਆ ਵੀ ਉਹ ਇਸ ਪਾਰਲੀਮੈਂਟਰੀ ਸਿਸਟਮ ਦਾ ਹਿੱਸਾ ਬਣਨਾ ਪੈਂਦਾ ਆ ਉਹਨਾਂ ਨੂੰ, ਮਤਲਬ ਇੱਥੋਂ ਦੇ ਇਲੈਕਟੋਰਲ ਪ੍ਰੋਸੈਸ ਦਾ ਹਿੱਸਾ ਉਹਨਾਂ ਨੂੰ ਬਣਨਾ ਪੈਂਦਾ ਆ। ਤੇ ਜਦੋਂ ਹੁਣ ਉਹ ਹਿੱਸਾ ਵੀ ਉਹਦਾ ਬਣਦੇ ਆ, ਫਿਰ ਉਹਨਾਂ ਦੀ ਰੀਪ੍ਰੈਜ਼ੈਂਟੇਸ਼ਨ ਆਪ ਵਰਗੀਆਂ ਜਾਂ ਜਿਹੜੀਆਂ ਇਹੋ ਜਿਹੀਆਂ ਪਾਰਟੀਆਂ ਹੋਣ ਉਹ ਕਰਦੀਆਂ ਨੇ, ਤਾਂ ਫਿਰ ਮਤਲਬ ਇਹ ਪੋਲੀਟੀਕਲ ਸੈਟਬੈਕ ਜਿਹੜਾ ਵੱਡੇ ਪੱਧਰ ਤੇ ਅਸੀਂ ਕਹਿੰਦੇ ਹਾਂ ਵੀ ਜਿਹੜੇ ਲੋਕਾਂ ਦੇ ਇਹਨਾਂ ਦੇ ਰਾਈਟ ਆ ਉਹਨੂੰ ਲੱਗਦਾ, ਤੇ ਜਿਹੜੀ ਸੈਂਟਰਲ ਰਜੀਮ ਆ ਉਹ ਬੀਜੇਪੀ ਵਰਗੀ ਜਿਵੇਂ ਉਹ ਕੰਸੋਲੀਡੇਟ ਕਰ ਰਹੇ ਆ ਪਾਵਰ ਨੂੰ, ਇਹ ਸਿਚੁਏਸ਼ਨ ਬਣਨੀ ਸੁਭਾਵਿਕ ਆ ਜੀ। ਬਿਲਕੁਲ ਨਹੀਂ, ਜਿਹੜੀ ਤੁਸੀਂ ਇਹ ਗੱਲ ਕੀਤੀ ਹੈ ਮਤਲਬ ਇੱਕ ਵੱਡਾ ਚਿੰਤਾ ਦਾ ਵਿਸ਼ਾ ਆ ਇਸ ਵਕਤ, ਕਿ ਨੈਸ਼ਨਲ ਲੈਵਲ 'ਤੇ ਜਦੋਂ ਅਸੀਂ ਦੇਖਦੇ ਹਾਂ ਅਤੇ ਜਿਹੜੀ ਰੀਜਨਲ ਪਾਰਟੀਜ਼ ਨੇ ਉਹਨਾਂ ਦੀ ਜਿਹੜੀ ਹੋਂਦ ਹੈ ਉਹਨਾਂ ਨੂੰ ਕੰਪਲੀਟਲੀ ਬਿਲਕੁਲ ਹਾਸ਼ੀਏ ਦੇ ਉੱਤੇ ਧੱਕ ਦਿੱਤਾ ਗਿਆ ਆ, ਪੋਲੀਟਿਕਸ ਹੀ ਉਸ ਕਿਸਮ ਦੀ ਖੜੀ ਕਰ ਦਿੱਤੀ ਗਈ ਹੈ, ਸਰਮਾਇਆ ਜਿਹੜਾ ਆ ਉਹ ਮੁੱਖ ਫੈਕਟਰ ਬਣ ਜਾਂਦਾ ਹੈ ਸਾਰੇ ਪਾਰਟ ਦੇ ਵਿੱਚ,
ਅਤੇ ਰੀਜਨਲ ਪਾਰਟੀਜ਼ ਨੂੰ ਬਿਲਕੁਲ ਕਿਨਾਰੇ 'ਤੇ ਧੱਕ ਦਿੱਤਾ ਗਿਆ ਆ। ਉਹੀ ਹਾਲ ਜਦੋਂ ਅਸੀਂ ਕੌਨਸਟੀਚੁਐਂਸੀ ਦੇ ਲੈਵਲ ਦੇ ਉੱਤੇ ਹੇਠਲੇ ਪੱਧਰ 'ਤੇ ਜ਼ਮੀਨੀ ਪੱਧਰ 'ਤੇ ਆ ਕੇ ਦੇਖਦੇ ਹਾਂ, ਜੇ ਪੰਜਾਬ ਦੀ ਗੱਲ ਕਰਨੀ ਹੋਵੇ, ਟਾਈਮ ਸੀ ਜਦੋਂ ਅੱਜ ਤੋਂ 15-20 ਸਾਲ ਪਹਿਲਾਂ ਤੱਕ ਕਿ ਜਦੋਂ ਕੋਈ ਨਾਰਾਜ਼ਗੀ ਹੁੰਦੀ ਸੀ ਕਿਸੇ ਗੱਲ ਦਾ, ਉਹ ਹੁੰਦਾ ਸੀ ਅਤੇ ਆਜ਼ਾਦਾਨਾ ਤੌਰ ਦੇ ਉੱਤੇ ਵੀ ਕੈਂਡੀਡੇਟ ਖਲੋ ਜਾਂਦੇ ਸੀ ਪਾਰਟੀਆਂ ਦੇ ਖਿਲਾਫ ਅਤੇ ਉਹ ਜਿੱਤ ਵੀ ਜਾਂਦੇ ਸੀ। ਹੁਣ ਮਤਲਬ ਉਸ ਕਿਸਮ ਦੀ ਸਪੇਸ ਹੀ ਨਹੀਂ ਰਹੀ ਕਿ ਜਿੱਥੋਂ ਉਸ ਕਿਸਮ ਦਾ ਕੋਈ ਸੈਟਅਪ ਬਣ ਸਕੇ। ਇਹ ਗੱਲ ਬਿਲਕੁਲ ਇੱਕ ਬੜੀ ਵੱਡੀ, ਇਹ ਵੱਡਾ ਕੁਐਸਚਨ ਹੈ, ਚਿੰਤਾ ਦਾ ਵਿਸ਼ਾ ਆ ਕਿ ਜਿਸ ਕਿਸਮ ਦੀ ਇੱਕ ਪੋਲੀਟਿਕਸ ਕ੍ਰੀਏਟ ਹੋ ਗਈ ਹੈ, ਬਣ ਗਈ ਹੈ, ਉਹ ਮਤਲਬ ਵੱਡੇ ਧਾਕੜਾਂ ਦੀ, ਵੱਡੇ ਜਿਹੜੇ ਸਰਮਾਇਆ ਜਿਨ੍ਹਾਂ ਦੇ ਕੋਲ ਅਤੇ ਜਿਹੜੀਆਂ ਵੱਡੀਆਂ ਪਾਰਟੀਆਂ ਨੇ ਉਹੀ ਡੋਮੀਨੇਟ ਕਰਦੀਆਂ ਨੇ। ਇੱਕ ਫੈਕਟਰ ਇਹਦੇ 'ਚ ਹੋਰ, ਜੋ ਅਸੀਂ ਹਿੰਦੀ ਹਾਰਟਲੈਂਡ ਦੀ ਗੱਲ ਕੀਤੀ ਹੈ ਅਤੇ ਸਾਊਥ ਦੀ ਗੱਲ ਕੀਤੀ ਹੈ, ਸੋ ਨੌਰਥ ਅਤੇ ਸਾਊਥ ਦੇ ਵਿੱਚ ਇੱਕ ਵੱਡਾ ਡਿਵਾਈਡ ਵੀ ਕ੍ਰੀਏਟ ਹੋਇਆ ਇਹਨਾਂ ਇਲੈਕਸ਼ਨ ਰਿਜ਼ਲਟਸ ਦੇ ਨਾਲ, ਜਿਹੜਾ ਕਿ ਸਾਹਮਣੇ ਪ੍ਰਤੱਖ ਰੂਪ ਦੇ ਵਿੱਚ ਨਜ਼ਰ ਆ ਰਿਹਾ। ਜਿਹੜਾ ਇੰਡੀਆ ਦਾ ਜੇ ਅਸੀਂ ਮੈਪ ਦੇਖਦੇ ਹਾਂ, ਉਹਦੇ ਵਿੱਚ ਅਸੀਂ ਇਹ ਦੇਖੀਏ ਕਿ ਕਿੱਥੇ ਜਿਹੜੀ BJP ਹੈ, ਹਿੰਦੁੱਤਵਾਦੀ ਪਾਰਟੀ ਹੈ, NDA ਅਲਾਇੰਸ, ਉਹ ਰੂਲ ਕਰ ਰਿਹਾ, ਅਤੇ ਕਿੱਥੇ ਕਾਂਗਰਸ ਦਾ ਜਿਹੜਾ ਇੰਡੀਆ ਅਲਾਇੰਸ ਹੈ ਉਹ ਰੂਲ ਕਰ ਰਿਹਾ। ਅਤੇ ਤੁਹਾਨੂੰ ਸਾਫ਼ ਅਤੇ ਸਪਸ਼ਟ ਇੱਕ ਡਿਫਰੈਂਸ ਨਜ਼ਰ ਆਉਂਦਾ ਆ ਉਹਨਾਂ ਦੀਆਂ ਸਟੇਟਾਂ ਦੇ ਵਿੱਚ ਕਿ ਉਹ ਹਿੰਦੀ ਹਾਰਟਲੈਂਡ ਦੇ ਵਿੱਚ ਕੰਪਲੀਟਲੀ ਉਹ ਭਗਵਾਂ ਰੰਗ ਨਜ਼ਰ ਆਉਂਦਾ, ਅਤੇ ਦੂਜੇ ਪਾਸੇ ਜਿਹੜੇ ਹੈਗੇ ਆ ਸਾਊਥ ਦੇ ਵਿੱਚ ਜਾਂ ਇੱਧਰ ਥੋੜ੍ਹਾ ਬਹੁਤਾ ਨੌਰਥ ਈਸਟ ਅਤੇ ਇੱਧਰ ਹੁਣ ਪੰਜਾਬ ਵਾਲੀ ਸਾਈਡ ਦੇ ਉੱਤੇ ਅਦਰਸ ਜਿਹੜੇ ਆ ਜਾਂ ਰੀਜਨਲ ਪਾਰਟ ਉਹ ਰਹਿ ਜਾਂਦਾ ਆ। ਸੋ ਗੱਲ ਹੁਣ ਅਸੀਂ ਮਤਲਬ ਨਾਲ ਜਿਹੜੀ ਸਾਡੇ ਪੱਖ ਤੋਂ ਵੀ ਥੋੜ੍ਹਾ ਜਿਹਾ ਕਰੀਏ, ਹਾਲਾਂਕਿ ਸਮਾਂ ਇਜਾਜ਼ਤ ਨਹੀਂ ਦਿੰਦਾ, ਮੈਨੂੰ ਲੱਗਦਾ ਸਾਨੂੰ ਦੁਬਾਰਾ ਫਿਰ ਇਹਦੇ 'ਤੇ ਇੱਕ ਸ਼ੋਅ ਕਰਨਾ ਪੈਣਾ ਆ, ਬਟ ਆਮ ਆਦਮੀ ਪਾਰਟੀ ਦਾ ਵੀ ਅਸੀਂ ਜ਼ਿਕਰ ਕਰੀਏ। ਆਮ ਆਦਮੀ ਪਾਰਟੀ ਜਿਹਨੇ ਪੰਜਾਬ ਦਾ ਸਰਮਾਇਆ ਲਾ ਕੇ ਪੰਜਾਬ ਦੇ ਐਕਸਪੈਂਸ ਦੇ ਉੱਤੇ ਹੈਲੀਕਾਪਟਰਸ ਦੇ ਜਿਹੜੇ ਬਿੱਲ ਨੇ ਉਹ ਦਿੱਤੇ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ, ਕਿਵੇਂ ਇਹਨਾਂ ਨੇ ਕੈਂਪੇਨ ਲੀਡ ਕੀਤੀ ਹੈ ਅਖਬਾਰਾਂ ਅਤੇ ਬਾਕੀ ਸਾਰੀ ਜਿਹੜੀ ਐਡਵਰਟਾਈਜ਼ਮੈਂਟਸ ਹੈਗੀਆਂ ਨੇ, ਕਿੰਨੇ ਇਹਨਾਂ ਨੇ ਬੰਦੇ ਖੜ੍ਹੇ ਕੀਤੇ ਆ ਇਹਨਾਂ 5 ਸੂਬਿਆਂ ਦੇ ਵਿੱਚ ਚੋਣਾਂ ਲੜਨ ਦੇ ਲਈ, ਅਤੇ ਕਿੰਨਾ ਪੈਸਾ ਵਹਾਇਆ ਆ, ਪਰ ਜਿਹੜਾ ਉਹਦਾ ਰਿਜ਼ਲਟ ਹੈ ਉਹ ਅੱਜ ਮੀਡੀਆ ਦੇ ਵਿੱਚ ਖਬਰਾਂ ਇਹ ਲੱਗ ਰਹੀਆਂ ਨੇ ਕਿ ਜਿਹੜੀ ਨੋਟਾ ਦੀ ਵੋਟ ਪਰਸੈਂਟੇਜ ਹੈ ਉਹਦੇ ਤੋਂ ਵੀ ਇਹਨਾਂ ਦੀ ਵੋਟ ਪਰਸੈਂਟੇਜ ਥੱਲੇ ਰਹੀ ਹੈ। ਇਹਨਾਂ ਇਲੈਕਸ਼ਨਸ ਦੇ ਵਿੱਚ 1% ਵੋਟ ਵੀ ਛੱਤੀਸਗੜ੍ਹ ਹੋਵੇ, ਰਾਜਸਥਾਨ ਹੋਵੇ, ਮੱਧ ਪ੍ਰਦੇਸ਼ ਹੋਵੇ, 1% ਵੋਟ ਵੀ ਜਿਹੜੀ ਹੈ ਆਮ ਆਦਮੀ ਪਾਰਟੀ ਨੂੰ ਨਹੀਂ ਪਈ, ਅਤੇ ਮਜੋਰਿਟੀ ਆਫ ਦਾ ਕੈਂਡੀਡੇਟਸ ਜਿਹੜੇ ਹੈਗੇ ਆ ਉਹਨਾਂ ਦੀਆਂ ਜ਼ਮਾਨਤਾਂ ਜਿਹੜੀਆਂ ਨੇ ਜ਼ਬਤ ਹੋਈਆਂ ਨੇ। ਸੋ ਕਿਤੇ ਨਾ ਕਿਤੇ ਮਤਲਬ ਸਿੱਧੇ ਤੌਰ 'ਤੇ ਇਹ ਵੀ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਦਾਅਵਾ ਆਮ ਆਦਮੀ ਪਾਰਟੀ ਕਰ ਰਹੀ ਹੈ, ਅੱਜ ਵੀ ਉਹਨਾਂ ਦਾ ਦਾਅਵਾ ਕਿ ਅਸੀਂ ਇੱਕ ਨੈਸ਼ਨਲ ਪਾਰਟੀ ਦੇ ਤੌਰ 'ਤੇ ਉੱਭਰ ਕੇ ਸਾਹਮਣੇ ਆ ਰਹੇ ਹਾਂ, ਅਤੇ ਅਸੀਂ ਨਰਿੰਦਰ ਮੋਦੀ ਦੇ ਸਾਹਮਣੇ ਅਰਵਿੰਦ ਕੇਜਰੀਵਾਲ ਨੂੰ ਇੱਕ ਬਦਲ ਦੇ ਤੌਰ ਦੇ ਉੱਤੇ ਪੇਸ਼ ਕੀਤਾ ਗਿਆ ਆ, ਉਹ ਕੰਪਲੀਟਲੀ ਜਿਹੜਾ ਡਰੀਮ ਹੈ ਆਮ ਆਦਮੀ ਪਾਰਟੀ ਦਾ ਉਹ ਸ਼ੈਟਰ ਹੁੰਦਾ ਨਜ਼ਰ ਆਇਆ ਇਹਨਾਂ ਇਲੈਕਸ਼ਨ ਰਿਜ਼ਲਟਸ ਦੇ ਨਾਲ, ਕਿਵੇਂ ਦੇਖਦੇ ਹੋ? ਬਿਲਕੁਲ, ਜਿਹੜਾ ਆਮ ਆਦਮੀ ਪਾਰਟੀ ਦਾ ਪ੍ਰੋਜੈਕਟ ਆ ਇਹ, ਮਤਲਬ ਇਹਦੇ ਬਾਰੇ ਕੋਈ ਦੋਰਾਵਾਂ ਨਹੀਂ, ਇਹ ਡੀਪ ਸਟੇਟ ਦਾ ਇੱਕ ਪ੍ਰੋਜੈਕਟ ਆ ਜਿਹਦੇ ਵਿੱਚ ਮਤਲਬ ਉਹਦਾ ਨਿਸ਼ਾਨਾ ਕੀ ਆ, ਮਤਲਬ ਆਮ ਆਦਮੀ ਪਾਰਟੀ ਦੇ ਪ੍ਰੋਜੈਕਟ ਦਾ ਨਿਸ਼ਾਨਾ ਆ ਵੀ ਪੰਜਾਬ ਦੇ ਵਿੱਚ ਜਿਹੜਾ ਖਲਾਅ ਬਣਿਆ ਅਕਾਲੀ ਦਲ ਦੇ ਦੀ ਪੋਲੀਟਿਕਸ ਨੂੰ ਡਿਲੀਊਟ ਕਰਕੇ, ਉਹਨੂੰ ਖਤਮ ਕਰਕੇ ਜਿਹੜਾ ਇੱਕ ਮਤਲਬ ਗਰਾਊਂਡ ਤਿਆਰ ਹੋਈ ਆ ਉਹਦੇ 'ਤੇ ਜਿਹੜੀ ਇੱਕ ਬੂਟੀ ਬੀਜਣ ਵਾਲਾ ਪ੍ਰੋਜੈਕਟ ਆ ਇਹ, ਇਹਦਾ ਹੋਰ ਕੋਈ ਕੰਮ ਨਹੀਂ। ਮਤਲਬ ਤੁਸੀਂ ਦੇਖੋ ਵੀ ਜੇ ਆਪ ਕਹਿੰਦੀ ਆ ਵੀ ਅਸੀਂ ਕਰਪਸ਼ਨ ਦੇ ਏਜੰਡੇ 'ਤੇ ਪੋਲੀਟਿਕਸ ਕਰਦੇ ਹਾਂ, ਮਤਲਬ ਬੇਸਿਕਲੀ ਜਿਹੜਾ ਏਜੰਡਾ ਆਪ ਦਾ ਉਹ ਕਰਪਸ਼ਨ ਦਾ ਏਜੰਡਾ ਸੀ ਜਿੱਥੋਂ ਇਹ ਸਾਰੀ ਮੂਵਮੈਂਟ ਬਿਲਡ ਹੋਈ, ਤਾਂ ਪੰਜਾਬ ਦੇ ਨਾਲੋਂ ਕਿਤੇ ਵੱਧ ਕਰਪਸ਼ਨ ਜਿਹੜੀ ਆ ਉਹ ਭਾਰਤ ਦੇ ਨਾ ਸੂਬਿਆਂ 'ਚ ਜਿੱਥੇ ਅੱਤ ਦਰਜੇ ਦੀ ਗਰੀਬੀ, ਅੱਤ ਦਰਜੇ ਦੀ ਅਨਪੜ੍ਹਤਾ ਆ, ਤੇ ਉਹਨਾਂ ਸੂਬਿਆਂ ਦੇ ਵਿੱਚ ਜਦੋਂ ਅਸੀਂ ਦੇਖਦੇ ਹਾਂ ਵੀ ਅੱਜ ਕਿੰਨਾ ਵੋਟ ਸ਼ੇਅਰ ਆਪ ਦਾ, ਕੋਈ ਪਹਿਲੀ ਵਾਰ ਨਹੀਂ, ਬੜੇ ਸਾਲ ਹੋ ਗਏ ਉਹਨੇ, ਕੋਈ ਨਵੀਂ ਪਾਰਟੀ ਨਹੀਂ ਆ ਇਹਨੂੰ ਪਾਰਟੀ ਨੂੰ ਬਣੇ ਨੂੰ ਜੀ, ਮਤਲਬ ਤੇ ਪੈਸਾ ਵੀ ਅਸੀਂ ਦੇਖੀਏ ਵੀ ਕਿੰਨਾ, ਮਤਲਬ ਪੰਜਾਬ ਦੇ ਖਜ਼ਾਨੇ 'ਚੋਂ ਪੈਸਾ ਕਿੰਨਾ ਇਸ ਗੱਲ ਨੂੰ ਕਹਿ ਕੇ ਵੀ ਅਸੀਂ ਉੱਥੇ ਕੈਂਪੇਨ ਕਰ ਰਹੇ ਹਾਂ ਉਹਦੇ 'ਤੇ ਲਾਇਆ ਗਿਆ ਪੰਜਾਬ ਦੇ ਲੋਕਾਂ ਦਾ, ਤੇ ਉਹਦੇ 'ਚੋਂ ਫਿਰ ਰਿਜ਼ਲਟ ਕੀ ਨਿਕਲਿਆ, MP ਦੇ ਵਿੱਚ 0.49%, ਰਾਜਸਥਾਨ ਦੇ ਵਿੱਚ 0.37%, ਤੇ ਛੱਤੀਸਗੜ੍ਹ ਦੇ ਵਿੱਚ 0.93% ਵੋਟਾਂ ਪਈਆਂ ਨੇ। ਜੀ, ਤਾਂ ਇਹ ਸਪਸ਼ਟ ਆ ਵੀ ਮਤਲਬ ਅਸੀਂ ਤਾਂ ਇਹ ਗੱਲ ਪਹਿਲਾਂ ਤੋਂ ਹੀ ਕਹਿ ਕਹਿੰਦੇ ਆ ਰਹੇ ਹਾਂ, ਪਰ ਇਹ ਤੱਥ ਵੀ ਬੋਲਦੇ ਆ ਕਿ ਪੰਜਾਬ ਆਪ ਦੇ ਪ੍ਰੋਜੈਕਟ ਦਾ ਸਿਰਫ ਇੱਕ ਕੰਮ ਆ ਵੀ ਉਹਨੇ ਪੰਜਾਬ ਦੇ ਵਿੱਚ ਜਿਹੜੀ ਸਪੇਸ ਖਾਲੀ ਹੋਈ ਸੀ, ਮਤਲਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਜਾਂ ਸਿੱਖ ਪੋਲੀਟਿਕਸ ਦੀ,
ਖਤਮ ਕਰਕੇ ਉਹਦਾ ਇੱਕ ਬਦਲ ਲਿਆਂਦਾ ਤੇ ਨਾਲ ਡਿਸਕੋਰਸ ਚੇਂਜ ਕੀਤਾ ਵੀ ਹੁਣ ਪੰਜਾਬ ਦੀ ਪੋਲੀਟਿਕਸ ਜਿਹੜੀ ਆ ਉਹ ਇਸ ਮੁੱਦੇ ਤੇ ਨਹੀਂ ਹੋਣੀ ਕਿ ਪੰਜਾਬ ਦੇ ਪਾਣੀਆਂ ਦੀ ਲੜਾਈ ਆ, ਪੰਜਾਬ ਦੀ ਬੋਲੀ ਦੀ ਲੜਾਈ ਆ, ਪੰਜਾਬ ਦੇ ਬਸ ਇਸ ਮੁੱਦੇ ਤੇ ਹੋਣੀ ਜੀ ਵੀ ਕਰਪਸ਼ਨ ਕੀਤੀ ਆ ਜੀ ਤੇ ਵਿਕਾਸ ਕਰਨਾ ਹੈ, ਮਤਲਬ ਪੋਲੀਟੀਕਲ ਡਿਸਕੋਰਸ ਚੇਂਜ ਕਰਨ ਦੇ ਵਾਸਤੇ ਤੇ ਉਸ ਖਲਾਅ ਨੂੰ ਪੂਰਾ ਕਰਨ ਨੂੰ ਵੀ, ਤਾਂ ਕਿ ਉਸ ਖਲਾਅ ਨੂੰ ਕੋਈ ਸਿੱਖ ਨੌਜਵਾਨੀ ਦੀ ਪੰਜਾਬ ਦੇ ਵਿੱਚੋਂ ਆਪਣੀ ਜਿਹੜੀ ਔਰਗੈਨਿਕ ਕੋਈ ਔਰਗਨਾਈਜੇਸ਼ਨਲ ਸਪੇਸ ਬਣੇ ਉਹ ਨਾ ਕਿਤੇ ਉਹਨੂੰ ਭਰਜੇ ਤੇ ਉਹਦੇ ਵਾਸਤੇ ਪ੍ਰੋਜੈਕਟ ਲਿਆਂਦਾ ਗਿਆ, ਹੋਰ ਇਹਦਾ ਕੋਈ ਕੰਮ ਨਹੀਂ। ਤੇ ਉਹ ਅਸੀਂ ਦੇਖ ਲਿਆ ਵੀ ਇਸੇ ਕਰਕੇ ਇਹਨੂੰ ਡੀਪ ਸਟੇਟ ਜਿਹੜੀਆਂ ਬਾਕੀ ਦਾ ਇੰਡੀਆ ਉਹਦੇ 'ਚ ਕੋਈ ਸਪੇਸ ਨਹੀਂ ਪ੍ਰੋਵਾਈਡ ਕਰਵਾ ਰਹੀ ਤੇ ਉਹ ਸਿਰਫ ਪੰਜਾਬ 'ਚ ਪ੍ਰੋਵਾਈਡ ਕਰਵਾਈ ਗਈ। ਤੇ ਆਪ ਦਾ ਮਤਲਬ ਜਿਹੜਾ ਫਿਊਚਰ ਆ ਉਹ ਇਹੀ ਆ ਵੀ ਮਤਲਬ ਮੈਨੂੰ ਇਹ ਲੱਗਦਾ ਵੀ ਆਪ ਦਾ ਫਿਊਚਰ ਜਾ ਕੇ ਮਤਲਬ ਕਿਤੇ ਨਾ ਕਿਤੇ ਬੀਜੇਪੀ ਦੇ ਨਾਲ ਅਲਾਈ ਹੋਣਾ ਆ, ਆਪ ਦੀ ਹੋਰ ਕੋਈ ਪੋਸੀਬਿਲਿਟੀ ਨਹੀਂ। ਤੇ ਪੰਜਾਬ ਦੇ ਲੋਕ ਕਿਉਂਕਿ ਸਾਊਥ ਵਾਲਿਆਂ ਨੇ ਵੀ ਜਿੰਨੀ ਕੁ ਉਹਨਾਂ ਦੇ ਅੰਦਰ ਪੋਲੀਟੀਕਲ ਸਮਝ ਹੈਗੀ ਆ, ਮੈਨੂੰ ਲੱਗਦਾ ਵੀ ਸਾਊਥ ਜਿਹੜਾ ਆ ਉਹ ਰਿਟੈਲੀਏਟ ਕਰੂੰਗਾ ਜਿੰਨੀ ਬੀਜੇਪੀ ਹਿੰਦੀ ਹਾਟਲੈਂਡ ਦੇ ਵਿੱਚ ਸਟਰੋਂਗ ਹੋਊਗੀ। ਤੇ ਸਾਊਥ ਦੇ ਵਿੱਚ ਰਿਟੈਲੀਏਸ਼ਨ ਜਿਹੜੀ ਆ ਉਹ ਕਿਸ ਤਰ੍ਹਾਂ ਦੀ ਹੁੰਦੀ ਆ ਇਹ ਫਿਊਚਰ ਹਜੇ ਦੇਖਣ ਵਾਲੀ ਗੱਲ ਆ। ਵੈਸਟ ਬੰਗਾਲ ਜਿਹੜਾ ਆ ਜਾਂ ਇਹੋ ਜਿਹੜੇ ਨੌਰਥ ਈਸਟ ਦੀਆਂ ਸਟੇਟਸ ਨੇ ਉੱਥੇ ਆਲਰੇਡੀ ਜਿਹੜੀ ਅਸੀਂ ਦੇਖਿਆ ਵੀ ਰਬੈਲੀਅਸ ਜਿਹੜਾ ਜਿਹੜੀ ਰਿਟੈਲੀਏਸ਼ਨ ਆ ਉਹ ਪਈ ਆ। ਤੇ ਪੰਜਾਬ ਜਿਹੜਾ ਆ ਹੁਣ ਪੰਜਾਬ ਦੇ ਵਿੱਚੋਂ ਸਵਾਲ ਸਿੱਖਾਂ ਦੇ ਉੱਤੇ ਇਹ ਆ ਵੀ ਆਮ ਆਦਮੀ ਪਾਰਟੀ ਵੱਡਾ ਵੋਟ ਬੈਂਕ ਜਿਹੜਾ ਆ ਉਹ ਲੈ ਕੇ ਗਈ ਜਿਹੜਾ ਅਕਾਲੀ ਦਲ ਚੋਂ ਖਿਸਕਿਆ ਜੀ, ਵੀ ਹੁਣ ਜਿਹੜਾ ਅਕਾਲੀ ਦਲ ਦਾ ਵੋਟ ਬੈਂਕ ਜਿਹੜਾ ਖਿਸਕਿਆ ਆ, ਜੇ ਹੁਣ ਬਾਦਲ ਇਸ ਗੱਲ ਤੇ ਬੈਠੇ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਵੀ ਮੁੜ ਘਿੜ ਕੇ ਸਿੱਖਾਂ ਨੇ ਫਿਰ ਸਾਡੇ ਕੋਲੇ ਆਉਣਾ, ਤਾਂ ਜੇ ਮੁੜ ਘਿੜ ਕੇ ਸਿੱਖਾਂ ਨੇ ਫਿਰ ਇਹਨਾਂ ਕੋਲ ਆਉਣਾ ਤਾਂ ਮਸਲਾ ਇਹ ਆ ਵੀ ਸਿੱਖ ਉਹ ਸਾਰੀਆਂ ਗੱਲਾਂ ਭੁਲਾ ਦੇਣਗੇ ਵੀ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਆਪਣੇ 3 ਵਾਰ ਦੇ ਰਜੀਮ ਦੇ ਵਿੱਚ ਸਿੱਖਾਂ ਦੇ ਨਾਲ ਕੀਤਾ, ਜੋ ਗੱਦਾਰੀਆਂ ਕੀਤੀਆਂ, ਜੋ ਧੋਖੇਬਾਜ਼ੀਆਂ ਕੀਤੀਆਂ, ਤੇ ਫਿਰ ਉਹ ਵੀ ਸਟੇਟ ਨੂੰ ਫਿੱਟ ਬੈਠਦਾ ਵੀ ਠੀਕ ਆ, ਫਿਰ ਉਹ ਜਿਵੇਂ ਆਪਾਂ ਕਹਿੰਦੇ ਨੇ ਵੀ ਇੰਜਣ ਦੁਬਾਰਾ ਜਿਹਾ ਕਰ ਲੈਣਾ ਹੁੰਦਾ ਤੇ ਉਹ ਦੁਬਾਰਾ ਹੋ ਗਿਆ ਜੀ ਮਤਲਬ, ਪਰ ਉਹੀ ਚਿਹਰੇ ਜਿਹੜੇ ਆ ਉਹੀ ਸਟਰਕਚਰ ਜਿਹੜਾ ਆ ਉਹ ਦੁਬਾਰਾ ਸਿੱਖ ਰੀਪ੍ਰੈਜੈਂਟੇਟਿਵ ਬਣ ਕੇ ਤੇ ਦੁਨੀਆਂ ਦੇ ਵਿੱਚ ਪੋਲੀਟਿਕਸ ਕਰਨਗੇ ਜੀ। ਪਰ ਜੇ ਇੰਨਾ ਕੁਝ ਹੋਣ ਤੋਂ ਬਾਅਦ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰਨ ਤੋਂ ਬਾਅਦ ਮਹਾਰਾਜ ਦੀਆਂ ਬੇਅਦਬੀਆਂ ਦੇ ਵਿੱਚ ਜਿਹੋ ਜਿਹਾ ਇਹਨਾਂ ਦਾ ਰੋਲ ਰਿਹਾ ਉਹ ਤੋਂ ਬਾਅਦ ਮਤਲਬ ਜਿਹੜਾ ਖਲਾਅ ਬਣਿਆ ਸੀ ਵੀ ਉਸ ਖਲਾਅ ਦੇ ਵਿੱਚ ਜੇ ਪੰਜਾਬ ਦੇ ਵਿੱਚ ਕੋਈ ਔਰਗੈਨਿਕ ਨਵੀਂ ਲੀਡਰਸ਼ਿਪ ਡਿਵੈਲਪ ਨਹੀਂ ਹੁੰਦੀ ਜਾਂ ਉਹ ਸਪੇਸ ਨੂੰ ਕਲੇਮ ਨਹੀਂ ਕਰਦੀ ਤਾਂ ਫਿਰ ਅਸੀਂ ਇਹ ਕਹਿ ਸਕਦੇ ਹਾਂ ਵੀ ਮਤਲਬ ਤੁਸੀਂ ਗੱਲਾਂ ਕਰ ਸਕਦੇ ਹੋ ਪਰ ਜਿਹੜੀ ਵਿਹਾਰਕ ਸਿਆਸਤ ਆ ਤੁਹਾਡੀ ਵੀ ਉਹਦੇ ਵਿੱਚ ਤੁਸੀਂ ਕੋਈ ਵੱਡੀ ਚੇਂਜ ਨਹੀਂ ਲਿਆ ਸਕਦੇ। ਤਾਂ ਇਹ ਆ ਵੀ ਇਹਨਾਂ ਚੋਣ ਨਤੀਜਿਆਂ ਤੋਂ ਬਾਅਦ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਲੈਣਾ ਚਾਹੀਦਾ, ਖਾਸ ਤੌਰ 'ਤੇ ਜਿਹੜੇ ਐਕਟਿਵਲੀ ਪੋਲੀਟਿਕਸ ਕਰਦੇ ਆ ਜਾਂ ਚਾਹੁੰਦੇ ਆ ਵੀ ਪੰਜਾਬ ਦੇ ਰਾਈਟ ਸਿਕਿਓਰ ਕੀਤੇ ਜਾਣ, ਵੀ ਜਿਹੜੀ ਹਿੰਦੀ ਹਾਟਲੈਂਡ ਆ ਜਾਂ ਜਿਹੜਾ ਇੰਡੀਆ ਦਾ ਮਜੋਰਿਟੀ ਪੋਪੂਲੇਸ਼ਨ ਆ ਜਿਹੜੀ ਉਹ ਹਿੰਦੂ ਡੋਮੀਨੈਂਸ ਵਾਲੀ ਲੀਡਰਸ਼ਿਪ ਚਾਹੁੰਦੀ ਆ, ਉਹ ਹਿੰਦੀ ਹਿੰਦੂ ਹਿੰਦੁਸਤਾਨ ਦੇ ਉੱਤੇ ਪਹਿਰਾ ਦੇਣ ਲਈ ਤਿਆਰ ਆ, ਵੀ ਇਸ ਹਾਲਾਤ ਦੇ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਵੀ ਉਹ ਤੁਸੀਂ ਦੇਖੋ ਵੀ ਤੁਸੀਂ ਆਪਣਾ ਬਚਾਅ ਕਿਵੇਂ ਕਰ ਸਕਦੇ ਹੋ, ਬਚਾਅ ਜਥੇਬੰਦ ਹੋ ਕੇ ਹੀ ਹੁੰਦਾ, ਔਰਗਨਾਈਜ਼ ਹੋ ਕੇ ਹੀ ਹੁੰਦਾ ਆ, ਤੇ ਤੁਹਾਨੂੰ ਆਪਣੀ ਮਤਲਬ ਕੋਈ ਨਾ ਕੋਈ ਜਿਹੜਾ ਆ ਔਰਗਨਾਈਜੇਸ਼ਨਲ ਸਟਰਕਚਰ ਜਿਹੜੇ ਆ ਉਹ ਬਿਲਡ ਕਰਨੇ ਪੈਣਗੇ, ਨਹੀਂ ਮਤਲਬ ਜਿਹੜਾ ਤਕੜਾ ਤਾਕਤਵਰ ਹੁੰਦਾ ਉਹਦਾ ਇਹ ਸੁਭਾਅ ਹੁੰਦਾ ਵੀ ਉਹਨੇ ਫਿਰ ਛਿੱਤਰ ਫੇਰਨਾ ਹੀ ਹੁੰਦਾ ਆ, ਤੇ ਉਹੀ ਫਿਰ ਸਾਡੀ ਹੋਣੀ ਰਹਿਣੀ ਆ ਪੰਜਾਬੀਆਂ ਦੀ। ਤਾਂ ਇਸ ਕਰਕੇ ਜਿਹੜਾ ਇਹ ਸਮਾਂ ਆ ਇਹ ਗੱਲ ਗੰਭੀਰਤਾ ਦੇ ਨਾਲ ਸਾਨੂੰ ਸੋਚਣੀ ਚਾਹੀਦੀ ਹੈ ਵੀ ਅਸੀਂ ਔਰਗਨਾਈਜ਼ ਹੋਈਏ, ਆਪਣੇ ਔਰਗੈਨਿਕ ਸਟਰਕਚਰ ਪੈਦਾ ਕਰੀਏ ਜਿਹੜੇ ਪੰਜਾਬ ਦੇ ਵਿੱਚ ਹੋਣ, ਖਾਸ ਤੌਰ 'ਤੇ ਨੌਜਵਾਨ ਅੱਗੇ ਹੋਣ ਅਤੇ ਨੌਜਵਾਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ, ਉਹਨਾਂ ਦੀ ਸਪੋਰਟ ਕੀਤੀ ਜਾਵੇ, ਅਤੇ ਇੱਕ ਜਿਹੜੀ ਔਰਗੈਨਿਕ ਲੀਡਰਸ਼ਿਪ ਆ ਉਹ ਪੰਜਾਬ 'ਚੋਂ ਨਿਕਲੇ, ਅਤੇ ਉਹਦਾ ਇੱਕੋ ਇੱਕ ਨਿਸ਼ਾਨਾ ਹੋਵੇ ਵੀ ਦਿੱਲੀ ਤੋਂ ਜਿਹੜੇ ਪੰਜਾਬ ਦੇ ਹੱਕ ਆ ਅਤੇ ਹਕੂਕ ਆ ਉਹ ਲੈਣੇ ਆ, ਅਤੇ ਜਿਹੜਾ ਇਸ ਖਿੱਤੇ ਦੇ ਵਿੱਚ ਜਿਹੜੇ ਦਿੱਲੀ ਦੇ ਜ਼ੁਲਮਾਂ ਦੇ ਸਤਾਏ ਹੋਏ ਜਿੰਨੇ ਲੋਕ ਆ ਉਹਨਾਂ ਨੂੰ ਕਿਸੇ ਇੱਕ ਫਰੰਟ 'ਤੇ ਕਿਸੇ ਝੰਡੇ ਥੱਲੇ ਯੂਨਾਈਟ ਕਰਨਾ ਹੈ ਜੀ। ਬਿਲਕੁਲ ਸੁਖਵਿੰਦਰ ਸਿੰਘ ਜੀ, ਧੰਨਵਾਦ, ਤੁਸੀਂ ਸਮਾਂ ਕੱਢ ਕੇ ਵਿਚਾਰਾਂ ਦੀ ਸਾਂਝ ਸਾਡੇ ਨਾਲ ਪਾਈ ਹੈ। ਸਮਾਂ ਨਹੀਂ ਇਜਾਜ਼ਤ ਦਿੰਦਾ, ਟੌਪਿਕ ਹੋਰ ਵੀ ਹੈਗੇ ਆ, ਪਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਿਸਕਸ ਕਰਾਂਗੇ। ਸੋ ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਲਈਏ। ਉਮੀਦ ਕਰਦੇ ਹਾਂ ਸਾਡੇ ਦਰਸ਼ਕਾਂ ਨੂੰ ਵੀ ਅੱਜ ਦੀ ਇਹ ਡਿਸਕਸ਼ਨ ਜ਼ਰੂਰ ਪਸੰਦ ਆਈ ਹੋਵੇਗੀ। ਅੱਜ ਦੇ ਸ਼ੋਅ ਦੇ ਵਿੱਚ ਇੱਥੇ ਹੀ ਇਜਾਜ਼ਤ ਦਿਓ ਜੀ। ਫਤਿਹ ਦੀ ਸਾਂਝ ਪਾਈ ਅੰਤ ਦੇ ਵਿੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।